ਸ਼੍ਰੋਮਣੀ ਅਕਾਲੀ ਦਲ ਭਾਜਨ ਸਮਾਜ ਪਾਰਟੀ ਗੱਡਜੋੜ ਕੋਈ ਨਾ ਮਾਨੀ ਇੱਥੇ ਭਾਜਨ ਸਮਾਜ ਪਾਰਟੀ ਨੇ ਕਿਹੜੀ ਭੁੱਲ ਕਰ ਦਿੱਤੀ ਕਿ ਜਿਹੜੀਆਂ ਉਹ ਰੈਲੀਆਂ ਕਰਦੇ ਦਿੰਦੇ ਪੀਕੇ ਉਹ ਕਹਿ ਚੁੱਕੇ ਨੇ ਕਹਿੰਦੇ ਨੇ ਕਿ ਲਖੀਮਪੁਰ ਖੀਰੀ ਤੋਂ ਕਾਂਗਰਸ ਨੂੰ ਕੋਈ ਫਾਇਦਾ ਨਹੀਂ ਹੋਣਾ ਇਹ ਫਾਇਦੇ ਲੱਭ ਰਹੇ ਨੇ ਭਗਵਾਨ ਸਿੰਘ ਸਿੱਧੂ ਦੇ ਮੁੱਦੇ ਜਗ੍ਹਾ ਅਕੇਲੇ ਆਉਂਦੇ ਤਾਂ ਫਿਰ ਸਕਸੈਸ ਦੇਖੋ ਫਿਰ ਕਾਮਯਾਬੀ ਦੇਖੋ ਜੀ ਇਹਦਾ ਮਤਲਬ ਇਹ ਹੈ ਕਿ ਜਿਹੜਾ ਲਾਇਆ ਗਿਆ ਸੀਗਾ ਕੈਪਟਨ ਅਮਰਿੰਦਰ ਸਿੰਘ ਨੂੰ ਗੱਡੀ ਤੋਂ ਸਿਰਫ ਆਪਣੇ ਵਾਸਤੇ ਕੁਰਸੀ ਸਾਫ਼ ਕੀਤੀ ਸੀ ਕਾਫੀ ਜੱਦੋ ਜਹਿਦ ਤੋਂ ਬਾਅਦ ਅਸ਼ੀਸ਼ ਮੇਸ਼ਵਰਾ ਨੇ ਸਰੈਂਡਰ ਕੀਤਾ ਗ੍ਰਿਫਤਾਰੀ ਹੋਈ ਆ ਨਾ ਸਰਕਾਰਾਂ ਇਹ ਕਾਨੂੰਨ ਜਿਹੜੇ ਆ ਉਹ ਆਪਣੇ ਹਿਸਾਬ ਦੇ ਨਾਲ ਚਲਉਂਦੀ ਹੂੰ ਤੁਹਾਡੇ ਲਈ ਕਾਨੂੰਨ ਹੋ ਰਿਹਾ ਮੇਰੇ ਲਈ ਕਾਨੂੰਨ ਹੋ ਰਿਹਾ ਕਿਉਂਕਿ ਇਹ ਕਾਨੂੰਨ ਦੇ ਨਾਲ ਖੇਡਣਾ ਜਾਣਦੇ ਕਹਿੰਦੇ ਨੇ ਕਿ ਇਹ ਕਾਨੂੰਨ ਦਮ ਅੱਗੇ ਜਾਂ ਦਮਾਂ ਅੱਗੇ ਝੁਕ ਜਾਇਆ ਕਰਦਾ ਹੈ ਗਰੀਬਾਂ ਲਈ ਪਾਣੀਆਂ ਦੀ ਹੱਤੀ ਚੋਖਨਾਂ ਜੀ ਤਰ੍ਹਾਂ ਮੁੱਕ ਜਾਇਆ ਕਰਦਾ ਕੋਲਾ ਤੁਹਾਡੇ ਕੋਲ ਹੈ ਨਹੀਂ ਹੂੰ ਬਿਜਲੀ ਤੁਹਾਡੀ ਮੁਕਤੀ ਜਾਂਦੀ ਲੋਕਾਂ ਨੂੰ ਵਿਚਾਰਿਆਂ ਨੂੰ ਲੌਲੀਪੌਪ ਦੇ ਕੇ ਅਸੀਂ ਪੰਜਾਬ ਦਾ ਕੀ ਪੂਰੇ ਦੇਸ਼ ਦਾ ਪੱਠਾ ਹੀ ਵਿਟਾਈ ਜਾਂਦੇ ਚੈਨਲਾਂ ਵਾਲਿਆਂ ਦੀ ਇੱਕ ਜ਼ਿੰਮੇਵਾਰੀ ਹੈ ਜੀ ਤੁਸੀਂ ਆਪਣੀ ਟੀਆਰਪੀ ਦੇ ਵਾਸਤੇ ਲੋਕਾਂ ਦਾ ਬੀਬੀ ਦਾ ਨਾ ਵਧਾਓ ਕਰੋਨਾ ਦੇ ਹਾਲਾਤ ਤਾਂ ਐਸੇ ਸੀਗੇ ਕਿ ਜਦੋਂ ਲੋਕੀ 15 ਦਿਨ ਲਗਾਤਾਰ ਦੇਖ ਲੈਂਦੇ ਸੀ ਨਾ ਚੰਗੇ ਭਲੇ ਬੰਦੇ ਨੂੰ ਕਰੋਨਾ ਹੋ ਜਾਂਦਾ ਸੀ ਬਿਲਕੁਲ ਜਦੋਂ ਕਿਤੇ ਲੜਾਈ ਦਾ ਕੋਈ ਹੋਵੇ ਬਾਰਡਰ ਤੇ ਸਰਹੱਦਾਂ ਤੇ ਇਹ ਇਦਾਂ ਕਰਦੇ ਨੇ ਕਿ ਇਹਨਾਂ ਦੇ ਹੱਥ ਦੇ ਵਿੱਚ ਬੰਬ ਹੋਵੇ ਆਪ ਜਾ ਕੇ ਚੀਨ ਦੇ ਵਿੱਚ ਛੁੱਟੇ ਹੋ ਸਤਿ ਸ਼੍ਰੀ ਅਕਾਲ ਜੀ ਆਨੂੰ ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਪੰਜਾਬੀ ਸਾਥ ਲੈ ਕੇ ਹਾਜ਼ਰ ਆ ਮੈਂ ਹਰਮਨੀ ਕੌਰ ਤੇ ਮੇਰੇ ਨਾਲ ਨੇ ਚਰਨਜੀਤ ਜੋਗੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਰਮਣੀ ਕੌਰ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਤੁਹਾਡਾ ਵੀ ਸਵਾਗਤ ਅਸੀਂ ਕਰਦੇ ਆ ਜੀ ਪੰਜਾਬੀ ਸਾਥ ਦੇ ਵਿੱਚ ਔਰ ਗੱਲਾਂ ਬਾਤਾਂ ਹੋਣਗੀਆਂ ਬਹੁਤ ਸਾਰੀਆਂ ਵਿਚਾਰਾ ਹੋਣ ਗਿਆ ਕਿ ਕਿਸੇ ਦੇ ਬੋਲਣ ਤੋਂ ਕਿਸੇ ਦੇ ਵਿਚਾਰਾਂ ਦਾ ਪਤਾ ਲੱਗ ਜਾਂਦਾ ਹੈ ਕਿਸੇ ਦੀਆਂ ਹਰਕਤਾਂ ਤੋਂ ਕਿਸੇ ਦੇ ਅਸਾਰਾਂ ਦਾ ਪਤਾ ਲੱਗ ਜਾਂਦਾ ਹੈ ਲੱਖ ਚਾਹੇ ਕੋਈ ਮੂੰਹ ਚ ਪਾਉਣ ਨੂੰ ਮਗਰ ਇਸ਼ਕ ਦੇ ਬਿਮਾਰਾਂ ਦਾ ਪਤਾ ਲੱਗ ਜਾਂਦਾ ਹੈ ਔਰ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਜਦੋਂ ਪੰਜਾਬੀ ਸੱਤ ਨੂੰ ਸਾਡੇ ਸਰੋਤੇ ਉਡੀਕਦੇ ਨੇ ਤੇ ਅਸੀਂ ਫਿਰ ਉਸੇ ਵਕਤ ਬਿਨਾਂ ਦੇਰੀ ਕੀਤਿਆਂ ਪਹੁੰਚ ਜਾਂਦੇ ਉਹਨਾਂ ਦੇ ਕੋਲ ਬਿਲਕੁਲ ਜੀ ਤੇ ਤੁਹਾਡੇ ਕੱਪੜਿਆਂ ਤੋਂ ਵੀ ਤੁਹਾਡੀਆਂ ਹਰਕਤਾਂ ਦਾ ਪਤਾ ਲੱਗ ਜਾਂਦਾ ਹੈ ਲਓ ਜੀ ਗੱਲ ਇਹ ਵੀ ਠੀਕ ਹੈ ਕਿਉਂਕਿ ਅੱਜ ਕੱਲ ਇਹ ਡਰੈਸ ਬਣ ਗਈ ਹੈ ਹਾਂ ਲੀਡਰਾਂ ਦੀ ਮੈਂ ਤੇ ਆਪ ਪਾ ਕੇ ਬੜਾ ਪਛਤਾ ਰਿਆ ਅੱਛਾ ਜਿੱਦਾਂ ਹੀ ਘਰੋਂ ਨਿਕਲੇ ਆਂ ਕਈ ਵਾਰ ਜਿੰਦਾਬਾਦ ਮਰਦਾਬਾਦ ਹੋਈ ਆ ਕੱਪੜੇ ਦੇਖ ਕੇ ਹੀ ਅੱਜ ਕੱਲ ਸਾਰੇ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਅਸੀਂ ਪਾਉਨੇ ਆ ਪਹਿਨਦੇ ਆ ਇਹ ਆਗੂਆਂ ਦੀ ਸਾਡੇ ਲੀਡਰਾਂ ਦੀ ਇੱਕ ਡਰੈਸ ਬਣ ਗਈ ਆ ਪਰ ਮੈਂ ਤਾਂ ਇਹ ਕਹਿਣਾ ਹੁਣਾ ਹਮੇਸ਼ਾ ਹੀ ਕਿ ਖਾਈਏ ਜਗ ਪੌਂਦਾ ਪੈਣੀਏ ਮਨਪੌਂਦਾ ਐ ਕੀ ਮਤਲਬ ਹੈ ਪੁੱਠੀ ਕਹਾਵਤ ਬੋਲ ਰਹੇ ਹੋ ਯਾਰ ਮੈਨੂੰ ਵੀ ਪਤਾ ਹੈ ਪੁੱਠੀ ਹੈ ਅਸੀਂ ਕੰਮ ਹੀ ਪੁੱਠੇ ਕਰਦੇ ਆ ਅੱਛਾ ਨਾ ਦੇਖੋ ਅਸੀਂ ਲੋਕਾਂ ਦੀਆਂ ਬਣਾਈਆਂ ਹੋਈਆਂ ਅਖਾਣਾ ਦੇ ਮਗਰ ਹਾਂ ਕਦ ਤੱਕ ਤੁਰੇ ਫਿਰਾਂਗੇ ਆਪਣੀਆਂ ਬਣਾਉਣੀਆਂ ਆਪਣਾ ਵੀ ਕੁਝ ਕਰੋ ਤੁਹਾਡੀ ਵੀ ਕੋਈ ਦੇਣ ਹੋਣੀ ਚਾਹੀਦੀ ਹੈ ਹੂੰ ਖਾਈਏ ਜੱਗ ਪੌਂਦਾ ਅੱਛਾ ਮੰਨ ਲਓ ਮੈਂ ਇੱਥੇ ਕੋਈ ਚੀਜ਼ ਖਾ ਰਿਹਾ ਹਾਂ ਹੂੰ ਠੀਕ ਹੈ ਨਾ ਹੂੰ ਉਸ ਚੀਜ਼ ਨੂੰ ਮੈਂ ਜਦੋਂ ਖਾਵਾਂ ਅਸੀਂ ਲਾਰਾ ਟਪਕਾਈ ਉਹ ਲਾਰਾਂ ਦੇ ਹਾਲਾਏ ਹੁਣ ਪਤਾ ਲੱਗੇਗੀ ਰਮਣੀਕ ਔਰ ਤਰਸਦੀ ਉਸ ਚੀਜ਼ ਨੂੰ ਅੱਛਾ ਜੇ ਤਾਂ ਮੰਨ ਲਓ ਮੈਂ ਕੁਲਫੀ ਘਾ ਰਿਆਂ ਤਰਸਾ ਕੇ ਖਾਓਗੇ ਹੈ ਤੁਸੀਂ ਜਦੋਂ ਆਉਂਗੇ ਹੂੰ ਭਾਫਾ ਨਿਕਲਦੀ ਹੈ ਗਲਫੀ ਚ ਤਤੀ ਉਹ ਮੈਨ ਨਹੀਂ ਠੰਡੀ ਹੈ ਹਾਂ ਗਰੀਬਾਂ ਦੇ ਬੱਚੇ ਕੁਲਫੀ ਠੰਡੀ ਹੁੰਦੀ ਹੈ ਅੱਛਾ ਹਾਂ ਠੰਡੀ ਚੀਜ਼ ਤੇ ਭਾਫ ਨਿਕਲਦੀ ਫ੍ਰਿਜ ਖੋਲ ਕੇ ਦੇਖਿਆ ਨਹੀਂ ਕਦੀ ਹਾਂ ਤੇ ਇਹਨੂੰ ਜਦ ਤੁਸੀਂ ਖਾਓਗੇ ਤਾਂ ਦੀ ਜੀਭ ਪੀੜੀ ਹੈੜੀ ਮੈਂ ਕੋਈ ਨਹੀਂ ਖਾ ਕੇ ਦਿਖਾ ਦਵਾ ਮੰਗਾ ਤੈਨੂੰ ਕੋਈ ਗੱਲ ਨਹੀਂ ਫਿਰ ਕੀ ਹੈ ਇਹ ਥੱਲੇ ਹੱਥ ਰੱਖ ਲਓ ਤੇ ਚੋ ਨਾ ਜਾਵੇ ਕਈ ਵਾਰ ਕੁਲਫੀ ਡਿਗਜੰਦੀ ਹੁੰਦੀ ਹੈ। ਅੱਛਾ। ਸੋ ਇਸ ਕਰਕੇ ਉਹ ਚੀਜ਼ ਖਾਣੀ ਚਾਹੀਦੀ ਕਿ ਜਿਹਨੂੰ ਦੂਸਰਾ ਦੇਖ ਕੇ ਲਲਚਾਵੇ। ਜੱਗ ਪੌਂਦਾ। ਹਾਂ। ਬਿਲਕੁਲ ਤੇ ਮਨੇ ਪੌਂਦਾ। ਪਾਈਏ। ਜਿਹੜਾ ਤੁਹਾਨੂੰ ਚੰਗਾ ਲੱਗਦਾ ਹੈ। ਅੱਛਾ। ਅੱਜਕੱਲ ਅਸੀਂ ਕਿਸੇ ਨੂੰ ਕਹਿ ਸਕਦੇ ਹਾਂ ਤੁਸੀਂ ਫੈਸ਼ਨ ਨੂੰ ਵੀ ਤੁਸੀਂ ਆ ਨਾ ਪਾਓ। ਤੁਸੀਂ ਆ ਫਟੀਆਂ ਪ੍ਰਾਣੀਆਂ ਜੀਨਾ ਨਾ ਪਾਓ ਅਸੀਂ ਕਿਸੇ ਨੂੰ ਕਹਿ ਸਕਦੇ? ਨਹੀਂ। ਨਹੀਂ ਜੀ ਨਹੀਂ ਜੋ ਤੁਹਾਨੂੰ ਮਨ ਦੇ ਵਿੱਚ ਚੰਗਾ ਲੱਗਦਾ ਹੈ। ਹੂੰ। ਪਾ ਲਓ। ਸਾਡਾ ਕੀ ਹੈ? ਉਹੀ ਜਿਹੜਾ ਫੈਸ਼ਨ ਬਣ ਜਾਂਦੇ। ਹਾਂ। ਉਹੀ ਫੈਸ਼ਨ ਹੈ ਆ ਅੱਜਕੱਲ ਦੀ ਦੁਨੀਆ ਦੇ ਵਿੱਚ ਆ ਇੱਕ ਸੁਰਿੰਦਰ ਛਿੰਦੇ ਦਾ ਗਾਣਾ ਆ ਸ ਕੀ ਕਸੀਆਂ ਪੁਰਾਣੀਆਂ ਪੈਂਟਾਂ ਪਾ ਕੇ ਕਹਿੰਦੇ ਇਹਨੂੰ ਜੀਨ ਨਹੀਂ ਮਜਾਜ ਪੱਟੀ ਦੇ ਆਏ ਕਿਧਰੋਂ ਸ਼ੌਕੀਨ ਸੋ ਇਹ ਸ਼ੌਕੀਨ ਜਿਹੜੇ ਆ ਇਹਨਾਂ ਲੋਕਾਂ ਦੇ ਨਾਲ ਕੋਈ ਬਹਿਸ ਨਹੀਂ ਕਰ ਸਕਦਾ ਇਹ ਜੋ ਕਰਦੇ ਆ ਦੁਨੀਆ ਦੇ ਵਿੱਚ ਸਭ ਕੁਝ ਸਹੀ ਹੈ ਅੱਛਾ ਮਤਲਬ ਤੁਸੀਂ ਰਣਵੀਰ ਸਿੰਘ ਹੋਰਾਤੇ ਤੰਜ ਲਾ ਰਹੇ ਹੋ ਨਹੀਂ ਮੈਂ ਰਣਵੀਰ ਸਿੰਘ ਨੂੰ ਉਹ ਕੋਣੇ ਵੈਸੇ ਦੀਪਿਕਾ ਦਾ ਘਰ ਵਾਲਾ ਭੁੱਲ ਗਏ ਦੀਪਿਕਾ ਦਾ ਤਾਂ ਮੈਨੂੰ ਪਤਾ ਛੋਟੇ ਸਿੱਧੇ ਕੱਪੜੇ ਪਾਉਣ ਦੇ ਸ਼ੌਕੀਨ ਦੀਪਿਕਾ ਦਾ ਤਾਂ ਮੈਨੂੰ ਪਤਾ ਦੇਖੋ ਹਰ ਇੱਕ ਫਿਲਮ ਸਟਾਰ ਦੀ ਜੀ ਆਪੋ ਆਪਣੀ ਸੋਚ ਹੁੰਦੀ ਹੈ ਔਰ ਬਹੁਤ ਵਧੀਆ ਅਦਾ ਕਰਨੇ ਉਹ ਪਰ ਗੱਲ ਤੇ ਬੇਨਤੀ ਇਹ ਕਰਨੀ ਚਾਹਾਂਗੇ ਜਿੰਨੇ ਵੀ ਸਾਡੇ ਕਲਾਕਾਰ ਨੇ ਜਿੰਨੇ ਵੀ ਸੈਲੀਬ੍ਰਿਟੀਜ਼ ਨੇ ਉਹਨਾਂ ਨੂੰ ਉਹ ਚੀਜ਼ਾਂ ਪਾਉਣੀਆਂ ਚਾਹੀਦੀਆਂ ਕਿਉਂਕਿ ਲੋਕ ਉਹਨਾਂ ਨੂੰ ਫੋਲੋ ਕਰਦੇ ਨੇ ਉਹ ਚੀਜ਼ਾਂ ਪਾਉਣਾ ਕਿ ਜਿਨ੍ਹਾਂ ਨੂੰ ਦੇਖ ਕੇ ਬੱਚੇ ਜਿਹੜੇ ਆ ਉਹਨਾਂ ਵਰਗੇ ਜਦੋਂ ਵੱਡਣ ਸਮਾਜ ਦੇ ਵਿੱਚ ਇੱਕ ਸੋਬਰ ਸ਼ਖਸੀਅਤ ਜਿਹੜੀ ਆ ਉਹ ਉੱਗਰ ਕੇ ਸਾਹਮਣੇ ਆਵੇ ਇਹ ਨਾ ਹੋਵੇ ਕਿ ਜਿੱਦਾਂ ਦੇ ਤੁਸੀਂ ਦਿਖਾਓ ਉਦਾਂ ਤੇ ਉਹ ਪਾ ਨਾ ਸਕਣ ਇੱਕ ਅਦਾਕਾਰ ਨੂੰ ਕਿਸੇ ਨੇ ਕਿਹਾ ਕਿ ਤੂੰ ਬਹੁਤ ਮਹਿੰਗੀ ਕਾਰ ਦੀ ਐਡ ਕਰਨੀ ਉਹ ਕਹਿੰਦਾ ਮੈਂ ਨਹੀਂ ਕਰਨੀ ਅੱਛਾ ਉਹਨੇ ਉਹ ਵੱਡਾ ਕਰਾ ਜਿਹੜਾ ਹੈ ਉਹ ਠੋਕਾ ਦੇ ਦਿੱਤਾ ਸਰ ਇਹਨਾਂ ਨੂੰ ਪੁੱਛਿਆ ਕਹਿੰਦਾ ਯਾਰ ਤੁਸੀਂ ਕਿਉਂ ਨਹੀਂ ਉਹਦੀ ਐਡ ਕਰਨੀ ਤੁਹਾਨੂੰ ਤੇ ਬਹੁਤ ਪੈਸੇ ਮਿਲਣਗੇ ਪੈਸਾ ਬਹੁਤ ਤੁਹਾਨੂੰ ਮਿਲਣਾ ਸੀ ਤੁਹਾਡੀ ਤਾਂ ਬੱਲੇ ਬੱਲੇ ਹੋ ਜਾਣੀ ਸੀਗੀ ਤਾਂ ਉਹਨਾਂ ਨੇ ਕਿਹਾ ਕਹਿੰਦੇ ਨਹੀਂ ਯਾਰ ਜਿਹੜੀ ਚੀਜ਼ ਮੇਰੇ ਦੇਸ਼ ਦਾ ਹਰ ਇੱਕ ਨੌਜਵਾਨ ਲੈ ਨਹੀਂ ਸਕਦਾ ਮੈਂ ਉਹਦੀ ਐਡ ਕਿਵੇਂ ਕਰਾਂ ਉਸ ਕਾਰ ਨੂੰ ਲੈਣ ਵਾਸਤੇ ਉਹਨਾਂ ਨੂੰ ਕੀ ਕੁਝ ਵੇਚਣਾ ਪਊਗਾ ਕੀ ਕੁਝ ਕਰਨਾ ਪਊਗਾ ਸੋ ਇਸ ਕਰਕੇ ਮੈਂ ਉਸ ਕਾਰ ਦੀ ਐਡ ਨਹੀਂ ਕਰ ਰਿਹਾ ਕਿਆ ਬਾਤ ਵੈਸੇ ਜੋਗੀ ਜੇ ਇੱਕ ਗੱਲ ਹੈ ਯੂਥ ਜਿਹੜਾ ਸੈਲੀਬ੍ਰਿਟੀਸ ਨੂੰ ਬਹੁਤ ਜ਼ਿਆਦਾ ਫੋਲੋ ਕਰਦਾ ਹੈ ਜੀ ਯੂਥ ਆਪਣੀ ਵੀ ਕੋਈ ਕਾਰਡ ਕੱਢੇ ਦੇਖੋ ਆਪਣੀ ਗਾੜੋਂ ਨੇ ਕੀ ਕੱਢਣੀ ਹੈ ਕੀ ਤਰਕੀਆਂ ਕਰਨੀਆਂ ਉਹਨਾਂ ਨੇ ਅੱਛਾ ਕਿ ਜਿਹੜੇ ਇਸ ਮੌਸਮ ਦੇ ਵਿੱਚ ਹੁਣ ਇਸ ਵੇਲੇ ਮੌਸਮ ਪਤਾ ਹੈ ਕੀ ਚੱਲਦਾ ਪਿਆ ਇੰਡੀਆ ਦੇ ਵਿੱਚ ਠੰਡਾ ਮਿੱਠਾ ਠੰਡਾ ਮਿੱਠਾ ਅਭ ਯਾਨੀ ਕਿ ਤੁਸੀਂ ਕੰਬਲ ਦੇ ਵਿੱਚ ਜਾਂ ਖੇਸੀ ਦੇ ਵਿੱਚ ਲੁਕੇ ਹੋਏ ਹੋ ਲੱਤ ਇੱਕ ਬਾਹਰ ਕੱਢ ਲਓ ਠੀਕ ਹੈ ਨਾ ਲੱਤ ਬਾਹਰ ਕੱਢ ਕੇ ਮੌਸਮ ਚੈੱਕ ਕਰ ਲਓ ਫਿਰ ਥੋੜੀ ਜੀ ਮੂੰਹ ਤੋਂ ਖੇਸੀ ਲਾ ਲਓ ਫਿਰ ਠੰਡ ਲੱਗੇ ਪੈਰ ਅੰਦਰ ਗਾ ਲਓ ਇਸ ਤਰ੍ਹਾਂ ਦੇ ਮੌਸਮ ਦੇ ਵਿੱਚ ਹਾਂ ਜਿਹੜੇ ਲੋਕ ਗੀਜ਼ਰ ਦਾ ਬਟਨ ਾਪ ਕੇ ਗਰਮ ਪਾਣੀ ਦੇ ਨਾਲ ਨਹਾਉਣਗੇ ਉਹਨੇ ਜ਼ਵਾਦ ਰੱਖਿਆ ਕਰ ਰਹੀ ਹੈ ਅੱਛਾ ਮਤਲਬ ਹੁਣੇ ਤੋਈ ਤਿਆਰੀ ਹਾਂ ਸੋ ਇਸ ਕਰਕੇ ਤਰੱਕੀ ਕਰਨ ਦੇ ਵਾਸਤੇ ਮਿਹਨਤਾਂ ਮੁਸ਼ਕਲਾਂ ਕਰਨੀਆਂ ਪੈਂਦੀਆਂ ਨੇ ਮਾਫੀ ਚ ਉਹਨੇ ਅੱਜ ਦਾ ਯੂਥ ਜਿਹੜਾ ਹੈ ਮਿਹਨਤ ਕਰਕੇ ਰਾਜ਼ੀ ਨਹੀਂ ਅੱਜ ਰਾਤੋਂ ਰਾਤ ਸਟਾਰ ਬਣਨਾ ਚਾਹੁੰਦਾ ਹੈ ਬਿਲਕੁਲ ਪਰ ਰਾਤੋਂ ਰਾਤ ਕੁਝ ਨਹੀਂ ਹੁੰਦਾ ਰਾਤ ਨੂੰ ਤਾਂ ਬਸ ਸਿਰਫ ਮਿਹਨਤ ਨਹੀਂ ਚਾਹੁੰਦੇ ਸ਼ਾਰਟਕਟ ਚਾਹੁੰਦੇ ਨੇ ਸ਼ਾਰਟਕਟ ਜ਼ਿੰਦਗੀ ਦੇ ਵਿੱਚ ਕੋਈ ਨਹੀਂ ਹੁੰਦਾ ਸੋ ਇਸ ਕਰਕੇ ਮਿਹਨਤ ਕਰਨੀ ਪੈਣੀ ਆ ਜੋ ਮਰਜ਼ੀ ਕਰ ਲੈ ਅੱਗੇ ਵਧਣਾ ਪੈਣਾ ਨਹੀਂ ਤਾਂ ਫਿਰ ਬਸ ਉੱਥੇ ਹੀ ਰਹਿ ਜਾਣਗੇ ਬਿਲਕੁਲ ਜੀ ਇੱਕ ਗੱਲ ਹੋਰ ਵੀ ਜੋਗੀ ਜੀ ਆਮ ਤੌਰ ਤੇ ਨਾ ਸਾਡੇ ਦੇਸ਼ ਦੇ ਵਿੱਚ ਸਾਡੇ ਭਾਰਤ ਦੇਸ਼ ਮਹਾਨ ਦੇ ਵਿੱਚ ਲੋਕੀ ਇੱਕ ਦੂਜੇ ਨੂੰ ਸਲਾਮਾਂ ਬਹੁਤ ਦਿੰਦੇ ਆ ਹਾਂ ਸਲਾਮਾਂ ਤੇ ਬਹੁਤ ਜੀ ਬਹੁਤ ਜ਼ਿਆਦੀਆਂ ਹੁਣ ਤੁਸੀਂ ਵੀ ਕਦੇ ਮੇਰੇ ਤੋਂ ਸਲਾਹ ਮੰਗ ਲੈਨੇ ਆ ਤੇ ਮੈਨੂੰ ਚਾਹੀਦੀ ਹੈ ਹੁਣ ਵੀ ਸਲਾਹ ਚਾਹੀਦੀ ਹੈ ਦੇਖੋ ਜਿਹੜੇ ਸਿਆਣੇ ਬੰਦੇ ਨੇ ਨਾ ਲੋਕ ਉਹਨਾਂ ਦੇ ਕੋਲ ਸਲਾਹ ਲੈਣ ਦੇ ਲਈ ਆਉਂਦੇ ਆ ਸਿਆਣੇ ਹੋ ਤੁਸੀਂ ਤੇ ਬਿਲਕੁਲ ਠੀਕ ਗੱਲ ਹੈ ਤੁਸੀਂ ਪਛਾਣਿਆ ਸਾਰੇ ਦਰਸ਼ਕ ਜਾਣਦੇ ਨੇ ਪਰ ਮੈਂ ਫਰੀਦ ਵਿੱਚ ਕਿਸੇ ਨੂੰ ਸਲਾਹ ਨਹੀਂ ਦਿੰਦਾ ਅੱਛਾ ਹੁਣ ਤੁਸੀਂ ਪੈਸੇ ਚਾਰਜ ਕਰੋਗੇ ਬਿਲਕੁਲ ਬਿਲਕੁਲ ਜੀ ਮੈਂ ਤਾਂ ਆਪਣਾ ਸਲਾਹ ਸੈਂਟਰ ਖੋਲਣ ਨੂੰ ਫਿਰਦਾ ਅੱਛਾ ਹਾਂ ਚਰਨਜੀਤ ਯੋਗੀ ਐਡਵਾਈਸ ਸੈਂਟਰ ਓਹੋ ਲੋਕਾਂ ਨੂੰ ਸਲਾਹ ਦਿਆ ਕਰਾਂਗਾ ਸਲਾਹ ਕਰਾਂ ਦੀ ਅੱਜ ਕੱਲ ਮੰਨਦੇ ਬਹੁਤ ਲੋਕ ਅੱਛਾ ਐਂਡ ਉਹ ਵੀ ਦਿੰਦੇ ਹੈ ਤੇ ਡਬੂਣ ਨਹੀਂ ਹੁੰਦੀ ਸਲਾਹਾਂ ਚੰਗੀਆਂ ਸਲਾਹਾਂ ਅੱਜ ਕੱਲ ਦਿੰਦਾ ਕੌਣ ਹੈ ਠੀਕ ਹੈ ਨਾ ਚੰਗੀ ਸਲਾਹ ਅੱਜ ਕੱਲ ਬੰਦਾ ਆਪਣੇ ਧੀਆ ਪੁੱਤਰਾਂ ਨੂੰ ਨਹੀਂ ਦਿੰਦਾ ਨਹੀਂ ਦਿੰਦਾ ਠੀਕ ਹੈ ਨਾ ਸਲਾਹਾਂ ਕੋਈ ਸਮਾਂ ਹੁੰਦਾ ਸੀ ਉਹ ਨਿਕਲ ਗਈਆਂ ਠੀਕ ਹੈ ਨਾ ਉਹ ਕਹਿੰਦੇ ਨੇ ਕਿ ਜਿਹੜੀਆਂ ਇਹ ਸਲਾਹਾਂ ਆ ਉਹ ਬੰਦੇ ਨੂੰ ਤਾਰ ਵੀ ਦਿੰਦੀਆਂ ਤੇ ਡੋਰ ਵੀ ਦਿੰਦੀਆਂ ਤੇ ਜਿਹੜੀਆਂ ਸਲਾਹਾਂ ਤੁਸੀਂ ਪਾਲਦੇ ਹੋ ਹਮ ਅੱਜ ਦੇ ਸਮੇਂ ਦੇ ਵਿੱਚ ਉਹ ਤੁਹਾਨੂੰ ਚਾਰ ਪੰਜ ਥੰਮ ਦੱਸਣ ਹਾਂ ਉਹਨਾਂ ਦੇ ਕੋਲੋਂ ਤੁਸੀਂ ਲੈ ਸਕਦੇ ਫਰੀ ਮੈਂ ਕਹਾਂ ਜੀ ਬਿਲਕੁਲ ਫਰੀ ਦੇਖੋ ਇੱਕ ਤਾਂ ਤੁਸੀਂ ਫੇਸਬੁਕ ਜਾਂ YouTube ਤੋਂ ਲੈ ਲਓ ਅੱਛਾ ਬਹੁਤ ਸਲਾਹਾਂ ਮਿਲਦੀ ਉੱਥੇ ਦੂਜਾ ਤੁਸੀਂ ਕਿਸੇ ਨਾਈ ਦੀ ਦੁਕਾਨ ਤੇ ਚਲ ਜਿਓ ਜਾਂ ਕਿਸੇ ਸਲੂਨ ਦੇ ਵਿੱਚ ਚਲ ਜਿਓ ਉੱਥੇ ਸਲਾਹਾਂ ਪਾ ਜੀ ਦੜਾ ਜਾ ਇੱਜਾ ਕਾ ਲਓ ਬਹੁਤ ਅੱਛਾ ਰਹੇਗਾ ਹਨਾ ਉੱਥੇ ਸਲਾਹਾਂ ਬਹੁਤ ਵਧੀਆ ਫਿਰ ਕਿਸੇ ਕੋਈ ਸਬਜੀ ਕੋਠੇਲੇ ਵਾਲਾ ਹੋਵੇ ਹਾਂ ਉਹ ਵੀ ਸਲਾਹਾਂ ਚਾਹ ਦਾ ਖੋਖਾ ਪਾਣ ਦਾ ਖੋਖਾ ਹਾਂ ਚਾਹ ਦਾ ਖੋਖਾ ਪਾਣ ਦਾ ਖੋਖਾ ਰਾਜਨੀਤਿਕ ਲੋਕੀ ਗੱਲਾਂ ਕਰਦੇ ক্রিকেট ਦੀਆਂ ਗੱਲਾਂ ਕਰਦੇ ਹਾਂ ਤੇ ਜੇਕਰ ਤੁਸੀਂ ਹੋਰ ਵੀ ਜ਼ਿਆਦਾ ਸਲਾਹ ਲੈਣੀ ਆ ਕਿਸੇ ਦਿਨ ਕੋਈ ਸੇ ਲੰਬੇ ਸਫ਼ਰ ਤੇ ਨਿਕਲੋ ਕਿਸੇ ਟ੍ਰੇਨ ਦੇ ਵਿੱਚ ਜਿਹੜਾ ਜਨਰਲ ਡੱਬਾ ਹੋਊਗਾ ਉਹਦੇ ਵਿੱਚ ਸਲਾਹਾਂ ਤੁਹਾਨੂੰ ਬਹੁਤ ਮਿਲਣਗੀਆਂ ਇਦਾਂ ਨਹੀਂ ਕਰਨੀ ਬਾਹਾਂ ਨਹੀਂ ਬਾਹਰ ਕੱਢਣੀ ਲੱਤ ਨਹੀਂ ਬਾਹਰ ਕੱਢਣੀ ਆਪ ਦੇ ਦਰਵਾਜ਼ੇ 'ਚ ਨਹੀਂ ਖੜਾ ਹੋਣਾ ਇਦਾਂ ਨਹੀਂ ਕਰਨਾ ਉਹੀ ਬੰਦੇ ਜਿਹੜੇ ਤੁਹਾਨੂੰ ਸਲਾਹਾਂ ਲੈਂਦੇ ਹੁੰਦੇ ਆ ਆਪ ਥੋੜੀ ਦੇਰ ਜਦੋਂ ਟ੍ਰੇਨ ਚੱਲਦੀ ਆ ਨਾ ਦਰਵਾਜ਼ਾ ਖੋਲ੍ਹ ਕੇ ਲੱਤਾਂ ਥੱਲੇ ਨੂੰ ਲੰਮਗਾ ਕੇ ਆਪ ਬੂਏ ਦੇ ਵਿੱਚ ਬੈਠੇ ਹੁੰਦੇ ਆ ਬਿਲਕੁਲ ਜੀ ਲੋਕ ਜ਼ਲਾਵਾ ਤੇ ਬਹੁਤ ਦਿੰਦੇ ਨੇ ਪਰ ਆਪ ਆਪਣੇ ਉੱਤੇ ਉਹ ਅਮਲ ਨਹੀਂ ਕਰਦੇ ਉਹ ਸਲਾਵਾ ਦੇ ਉੱਪਰ ਹੈ ਬਿਲਕੁਲ ਦੇਖੋ ਦੂਸਰੇ ਨੂੰ ਸਲਾਹ ਦੇਣੀ ਇਹ ਚੰਗੀ ਲੱਗਦੀ ਤੁਸੀਂ ਆਮ ਤੌਰ ਤੇ ਦੇਖਿਓ ਵੀ ਘਰਾਂ ਦੇ ਵਿੱਚ ਜਦੋਂ ਕੋਈ ਮਕਾਨ ਬਣਾਉਂਦਾ ਹੋਵੇ ਜੀ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਕਰਦਾ ਹੋਵੇ ਹਰ ਇੱਕ ਬੰਦਾ ਉੱਥੇ ਨਕਸ਼ਾ ਨਵੀਸ ਹੀ ਬਣਾਇਆ ਹੁੰਦਾ ਆ ਥੋੜੇ ਜਿਹਾ ਪੌੜੀ ਇਧਰ ਨੂੰ ਕਰ ਲੈਂਦੇ ਆ ਭੀਮ ਦਾ ਥੋੜਾ ਜਿਹਾ ਇਧਰ ਨੂੰ ਕਰ ਲੈਂਦੇ ਆ ਗੱਲ ਇਹ ਆ ਕਿ ਜਿਨੇ ਨਕਸ਼ਾ ਬਣਾਇਆ ਹੂੰ ਉਹਨੇ ਵੀ ਕੁਝ ਸੋਚ ਕੇ ਬਣਾਇਆ ਹੋਗਾ ਜਿਹੜਾ ਘਰ ਬਣਾ ਰਿਆ ਹੁੰਦਾ ਨਾ ਬੰਦਾ ਉਹਨੂੰ ਖਹਿ ਜਾਂਦੀ ਹੁੰਦੀ ਕਿ ਆ ਬੀਮ ਨਹੀਂ ਜਗ੍ਹਾ ਯਾਰ ਇਹਨੂੰ ਨਾ ਖੜਾ ਕਰ ਦੇਈਏ ਵੀ ਇਹਦੇ ਉੱਤੇ ਚਾਰ ਡੰਡਾ ਲਗਾ ਕੇ ਆਪਣਾ ਸੀਮਨ ਸਰੀਆ ਤਾਂ ਟੁੱਟ ਜਾ ਪੈਸਾ ਹੀ ਬਚਾਲਿਆ ਜਾਵੇ ਪੈਸਾ ਬਚਾਲੀਏ ਕਹਿੰਦਾ ਮਤਲਬ ਹੈ ਕਿ ਜੋ ਕੋਈ ਕਰਦਾ ਹੂੰ ਉਹਨੂੰ ਕਰਨ ਦਿਓ ਤੁਹਾਨੂੰ ਵੀ ਵਿਆਹਾਂ 'ਚ ਵੀ ਬੜੀਆਂ ਸਲਾਮਾਂ ਮਿਲਦੀਆਂ ਮੈਂ ਕਹਾਂ ਜੀ ਪੁੱਛੋ ਨਾ ਵਿਆਹਾਂ ਦੇ ਵਿੱਚ ਦਾ ਇੰਨੀ ਸਲਾ ਆਹ ਕਾਨੂੰ ਬਣਾਉਣਾ ਆਹ ਬਣਾ ਸਭ ਤੋਂ ਵੱਡੀ ਗੱਲ ਜਦੋਂ ਹਲਵਾਈ ਕਰਨਾ ਹੋਵੇ ਸਾਰੇ ਜਣੇ ਸਲਾਹਾਂ ਦੇਣਗੇ ਔਰ ਉੱਥੇ ਜਿਹੜੀ ਜਿਹੜੀ ਬੰਦੇ ਦੀ ਆਪ ਦੀ ਕੋਈ ਦਾਲ ਸਬਜ਼ੀ ਪਸੰਦ ਦੀ ਹੁੰਦੀ ਆ ਜਾਂ ਕੋਈ ਜਿੰਨ ਪਕੌੜਾ ਪਸੰਦ ਹੁੰਦਾ ਮਟਰ ਪਨੀਰ ਪਾਲੋ ਵਿੱਚ ਮਟਰ ਪਾਇਓ ਤੇ ਨਾਲ ਇਦਾਂ ਵੀ ਥੋੜੇ ਜਿਹੇ ਉਹ ਪਾਲੋ ਕੀ ਕਹਿੰਦੇ ਆ ਖੁੰਬਾ ਬਣਾ ਲਓ ਦਾਲ ਜ਼ਰੂਰ ਮਣੀ ਦਾਲ ਮਖਣੀ ਉਹ ਬਹੁਤ ਬਜ਼ਾਂਦੇ ਦੀ ਨਾਲੇ ਇਦਾਂ ਕਰੋ ਉਹ ਪਕੌੜੇ ਦੇ ਨਾਲ ਖਰੀਚਰਨੀ ਜਰੂਰ ਬਣਾਇਓ ਇਹ ਜੜੀਆਂ ਸਲਾਹਾਂ ਆਮ ਤੌਰ ਤੇ ਬੰਦਾ ਦਿੰਦਾ ਸਲਾਹ ਦੇ ਵਿੱਚ ਤੁਹਾਡਾ ਫਾਇਦਾ ਹੋਵੇ ਲੋ ਹੋਵੇ ਸਲਾਹ ਦੇਣ ਵਾਲੇ ਦਾ ਜਰੂਰ ਹੋ ਜਾਂਦਾ ਬਿਲਕੁਲ ਜੇ ਅਸੀਂ ਗੱਲ ਕਰੀਏ ਰਾਜਨੀਤੀ ਦੀ ਤੇ ਸਾਡੇ ਦੇਸ਼ ਦੀ ਰਾਜਨੀਤੀ ਕਿਸ ਪਾਸੇ ਜਾ ਰਹੀ ਜੁਗ ਜੀ ਕਦੀ ਸਮਝ ਨਹੀਂ ਆਈ ਸਾਨੂੰ ਦੇਖੋ ਸਮਝਣਾ ਕੀ ਹੈ ਇਹਦੇ ਵਿੱਚ ਸਿੱਧੀ ਸਾਫ਼ ਸਪਸ਼ਟ ਆ ਜੀ ਸਾਡੀ ਰਾਜਨੀਤੀ ਦੇ ਵਿੱਚ ਕੋਈ ਬਹੁਤਾ ਬਲਬਲੇਮਾ ਥੋੜੋ ਕੋਈ ਰਾਜਨੀਤੀ ਦੇ ਵਿੱਚ ਕੁਝ ਲੁਕਿਆ ਥੋੜੋ ਇਹ ਜਲੇਬੀ ਵਰਗੀ ਨਹੀਂ ਹੈ ਤੁਹਾਡੇ ਕਹਿਣਾਂ ਵਿੱਚ ਨਾ ਜੀ ਨਾ ਬਿਲਕੁਲ ਸਿੱਧੀ ਸਪੱਟ ਅੱਛਾ ਇਤਾਂ ਸਮਝਣ ਦੀ ਧੀਰ ਅਸੀਂ ਕਰੀ ਜਾਂਦੇ ਆ ਆਹਾਂ ਇੱਕ ਦਿਨ ਸਾਡਾ ਕੁੱਤਾ ਟੌਮੀ ਹੂੰ ਉਹ ਥੋੜਾ ਲੇਟ ਆਇਆ ਘਰ ਅੱਛਾ ਹਾਂ ਵੀ ਰਾਤ ਦੇ ਜਦੋਂ 1:30 10 ਵਜੇ ਗਏ ਕੀ ਗੱਲ ਰਹਿਲੀ ਤੇ ਸੀ ਮੈਂ ਆਏ ਪੁੱਜਾਂ ਮੈਂ ਕਿਹਾ ਤੂੰ ਐਸ ਵੇਲੇ ਹੂੰ ਤੈਨੂੰ ਤਾਂ ਅਸੀਂ ਕਿਹਾ ਸੀ ਵੀ ਤੂੰ ਛੇਦੀ ਛੇਦੀ ਘਰ ਆ ਜਾ ਕਰਨਾ ਆਹੋ ਉਹ ਕਹਿੰਦਾ ਜੀ ਸਾਡੀ ਜਿਹੜੀ ਨਾ ਆਪਣੇ ਕੁੱਤਾ ਐਸੋਸੀਏਸ਼ਨ ਦੀ ਮੀਟਿੰਗ ਸੀ ਮੀਟਿੰਗ ਸੀ ਮੈਂ ਕਹਿੰਦਾ ਮੀਟਿੰਗ ਸੀ ਤਾਂ ਹਾਂ ਮੀਟਿੰਗ ਸੀ ਸਾਡੀ ਹੂੰ ਮੈਂ ਕਹਾਂ ਤੁਸੀਂ ਮੀਟਿੰਗਾਂ ਵੀ ਕਰਦੇ ਆ ਸਾਡੀ ਤਾਂ ਇਹ ਮੀਟਿੰਗ ਆ ਔਨਲਾਈਨ ਬਣੀ ਹੋਈ ਹੈ ਹਾਂ ਜੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੇ ਵਰਲਡ ਕਾਨਫਰੰਸ ਕਰ ਰਹੇ ਹਾਂ ਆਹ ਜਣੇ ਕਿ ਸਮੁੱਚੇ ਰੂ ਦੇ ਵਿੱਚ ਡੌਗ ਵਰਲਡ ਕਾਨਫਰੰਸ ਅੱਛਾ ਡੌਗ ਵਰਲਡ ਕਾਨਫਰੰਸ ਅੱਛਾ ਮੈਂ ਕਹਾਂ ਯਾਰ ਅੱਛਾ ਤੇ ਤੁਸੀਂ ਕਰਦੇ ਕੀ ਆ ਦੇ ਵਿੱਚ ਹੂੰ ਕਹਿੰਦਾ ਯਾਰ ਅਸੀਂ ਸਕੀਮਾਂ ਬੋਝ ਲਈਆਂ ਕੁੱਤੇ ਦੇ ਵਾਸਤੇ ਅੱਛਾ ਯਾਰ ਕੁੱਤੇ ਦੇ ਵਾਸਤੇ ਸਕੀਮਾਂ ਕਹਿੰਦਾ ਹਾਂ ਕੀ ਇਹ ਤਾਂ ਮੇਰੀ ਹੱਡੀ ਮੇਰਾ ਹੱਕ ਸਕੀਮ ਹਾਂ ਮੇਰਾ ਕੋਲਾ ਮੇਰਾ ਵਿਕਾਸ ਅੱਛਾ ਹਾਂ ਤੇ ਨਾਦੀਨ ਨਾਲ ਉਹਨੇ ਇਹ ਵੀ ਕਿਹਾ ਕਿ ਟੈਡੀ ਪੂਛ ਕਹਿਣ ਵਾਲੇ ਤੇ ਅਸੀਂ ਪਰਚਾ ਕਰਾਉਣਾ ਵੀ ਕੁੱਤੇ ਦੀ ਪੂਛ ਬਿੰਗੀ ਹੁੰਦੀ ਨਾ ਹਾਂ ਕਹਿੰਦਾ ਸੀ ਇਹ ਮਤੇ ਪਾਇਆ ਵੀ ਜਿਹੜਾ ਇਹਦੀ ਕਰੂਗਾ ਤੇ ਅਸੀਂ ਇਹ ਤੇ ਪਰਚਾ ਕਰਾਉਣਾ ਅੱਛਾ ਤੇ ਕਤੂਰਾ ਸਾਂਭ ਸੰਭਾਲ ਯੋਜਨਾ ਮਨੇ ਕਿਹਾ ਕਿ ਕਤੂਰੇ ਜਿਹੜੇ ਵਿਚਾਰੇ ਤੁਰੇ ਫਿਰਦੇ ਨੇ ਉਹਨੂੰ ਕੋਈ ਇਮਤਿਹਾਨ ਸੰਭਾਲਦਾ ਨੇਗਾ ਹਾਂ ਉਹਦੇ ਵਾਸਤੇ ਅਸੀਂ ਸਾਮ ਸੰਭਾਲ ਯੋਜਨਾ ਚਲਾ ਰਹੇ ਹਾਂ ਇਹ ਯੋਜਨਾਵਾਂ ਕਿਵੇਂ ਪੂਰੀਆਂ ਹੋਣਗੀਆਂ ਹਾਂ ਮੈਂ ਵੀ ਆਹੇ ਪੁੱਛਿਆ ਉਹਨੂੰ ਉਹ ਮੈਂ ਕਹਿੰਦਾ ਯਾਰ ਇੰਨੀਆਂ ਤੁਸੀਂ ਯੋਜਨਾਵਾਂ ਰੱਖ ਲਈਆਂ ਵੀ ਕੋਈ ਕੋਲਾ ਫੰਡ ਰੱਖਿਆ ਫਲਾਨਾ ਫੰਡ ਟਮਗਾਣਾ ਫੰਡ ਵੀ ਸਾਰਾ ਤੁਸੀਂ ਕਰੋਗੇ ਕਿਦਾਂ ਹਾਂ ਕਹਿੰਦਾ ਇਹ ਤਾਂ ਸਾਨੂੰ ਵੀ ਨਹੀਂ ਪਤਾ ਤੇ ਅਸੀਂ ਕਰਨੀ ਕਿੱਦਾਂ ਮੈਂ ਕਿਹਾ ਮਾਮਾ ਤੇ ਪਤਾ ਹੈ ਨਹੀਂਗਾ ਬੇਟੀਆਂ ਦੀਆਂ ਸਕੀਮਾਂ ਅਨਾਉਂਸ ਕਰਕੇ ਆ ਗਏ ਆ ਹਾਂ ਤੇ ਫੇ ਪਤਾ ਨਹੀਂ ਤਾਂ ਫੇ ਕੀਤੀਆਂ ਕਿਉਂ ਤੇ ਕਹਿੰਦਾ ਯਾਰ ਤੁਹਾਡੇ ਲੀਡਰ ਜਿਹੜੇ ਡੀ ਡੀ ਸਕੀਮਾਂ ਅਨਾਉਂਸ ਕਰਦੇ ਆ ਉਹਨਾਂ ਨੂੰ ਪਤਾ ਉਹਨਾਂ ਨੇ ਕਿੱਥੋਂ ਕਰਨੀਆਂ ਬਿਲਕੁਲ ਸਹੀ ਤੇ ਮੈਂ ਕਿਹਾ ਯਾਰ ਗੱਲ ਤਾਂ ਤੇਰੀ ਜ਼ਿਆਣੀ ਹੈ ਕਹਿੰਦਾ ਦੇਖੋ ਨਾ ਉਹ ਕਰਦੇ ਆ ਨਾ ਅਸੀਂ ਕਰਦੇ ਆ ਕੱਟੋ ਕਟ ਗੱਲਾਂ ਮੀਟਿੰਗਾਂ ਤੇ ਜਾਂ ਰੈਲੀਆਂ ਤਾਂ ਕਰ ਹੀ ਸਕਦੇ ਆ ਬਿਲਕੁਲ ਜੀ ਗੱਲਾਂ ਮੀਟਿੰਗਾਂ ਰੈਲੀਆਂ ਦਾ ਦੌਰ جاری ਹੈ ਔਰ ਕੱਲ ਕਹਿੰਦੇ ਭੁੱਲ ਸੁਧਾਰ ਰੈਲੀ ਕੀਤੀ ਗਈ ਹਾਂ ਭੁੱਲ ਸੁਧਾਰ ਹਮ ਦੇਖੋ ਭੁੱਲ ਸੁਧਾਰ ਹਮ ਹੁਣ ਸਾਨੂੰ ਦੱਸਣਾ ਤਾਂ ਸਹੀ ਵੀ ਇਹਨਾਂ ਦੇ ਕੋਲ ਭੁੱਲ ਕਿਹੜੀ ਹੋਈ ਸਮਝੌਤਾ ਕਰਕੇ ਕਰ ਹਾਂ ਨਾ ਵੀ ਜਾਂ ਤਾਂ ਇਹਨਾਂ ਦੇ ਵਿੱਚ ਆਪਸੀ ਕੋਈ ਸਮਝੌਤਾ ਹੋ ਗਿਆ ਉਹਦੀ ਭੁੱਲ ਸੁਧਾਰ ਰਹੇ ਹਮ ਜਾਂ ਇਹਨਾਂ ਨੇ ਪਿੱਛੇ ਕੋਈ ਭੁੱਲਾਂ ਕੀਤੀਆਂ ਹਮ ਉਹਦੀ ਰੈਲੀ ਕਰ ਰਹੇ ਦੇਖੋ ਸ਼੍ਰੋਮਣੀ ਅਕਾਲੀ ਦਲ ਬੌਜਨ ਸਮਾਜ ਪਾਰਟੀ ਗੱਡਜੋੜ ਕੋਈ ਨਾ ਮਾਣੀ ਜੀ ਪਹਿਲਾਂ ਵੀ ਇਹਨਾਂ ਨੇ ਗੱਡਜੋੜ ਕੀਤਾ ਸੀਗਾ ਠੀਕ ਹੈ ਪਹਿਲਾਂ ਵੀ ਗੱਡਜੋੜ ਦੇ ਵਿੱਚ ਰਹਿ ਚੁੱਕੇ ਆ ਬਾਅਦ ਵਿੱਚ ਕਿਉਂ ਟੁੱਟਿਆ ਕਿੱਦਾਂ ਟੁੱਟਿਆ ਇਹ ਆਪਸੀ ਇਹਨਾਂ ਦੇ મતਭੇਦ ਕਿਉਂ ਹੋਏ ਫਿਰ ਭਾਰਤੀ ਜਨਤਾ ਪਾਰਟੀ ਨਾਲ ਕਿਤੇ 9 ਮਾਸ ਦੇ ਰਿਸ਼ਤੇ ਵਾਲਾ ਪੁਲਿਸਦਾਰ ਤੇ ਨਹੀਂ ਦੇਖੋ ਉਹ ਕਿਉਂ ਪੁੱਲਾ ਪਤੀ ਪਤਨੀ ਦਾ ਰਿਸ਼ਤਾ ਸੀ ਜਿਹੜਾ ਦੇਖੋ ਬੌਜਨ ਸਮਾਜ ਪਾਰਟੀ ਨੇ ਰੈਲੀ ਰੱਖੀ ਜੀ ਬੌਜਨ ਸਮਾਜ ਪਾਰਟੀ ਕੋਲੋਂ ਕਿਹੜੀ ਪੁੱਲ ਹੋਈ ਹੂੰ ਵੀ ਉਹ ਪੁਲਿਸਦਾਰ ਨਹੀਂ ਚਾਹੁੰਦੇ ਸੀਗੇ ਜੀ ਠੀਕ ਹੈ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਹੈ ਸਾਂਝੀ ਪਾਰਟੀ ਹੈ ਜੀ ਸ਼੍ਰੋਮਣੀ ਅਕਾਲੀ ਦਲ ਬਾਲੇ ਵੀ ਹੂੰ ਭੁੱਲਾਂ ਸੁਧਾਰਨ ਦੇ ਵਾਸਤੇ ਗੁਰੂ ਘਰਾਂ ਦੇ ਵਿੱਚ ਜਾ ਕੇ ਆਪ ਤਨਖਾਹਾਂ ਲਵਾਉਂਦੇ ਆ ਜੀ ਠੀਕ ਹੈ ਆਪ ਸਜ਼ਾ ਭੁਗਤਦੇ ਆ ਠੀਕ ਹੈ ਸੇਵਾ ਕਰਦੇ ਆ ਜੀ ਇੱਥੇ ਬਹੁਜਨ ਸਮਾਜ ਪਾਰਟੀ ਨੇ ਕਿਹੜੀ ਭੁੱਲ ਕਰ ਦਿੱਤੀ ਕਿ ਜਿਹੜੀਆਂ ਉਹ ਰੈਲੀਆਂ ਕਰਦੇ ਫਿਰਦੇ ਜੀ ਠੀਕ ਹੈ ਕਾਰਨ ਇਹ ਹੈ ਕਿ ਸਿਆਸਤ ਵਿੱਚ ਦੇਖੋ ਤੁਸੀਂ ਸਿਆਸੀ ਰੈਲੀਆਂ ਹੂੰ ਇੱਕ ਕਰਨੀਆਂ ਜਿਹੜੀਆਂ ਉਹ ਕਿਸਾਨ ਆਗੂਆਂ ਵੱਲੋਂ ਰੋਕੀਆਂ ਗਈਆਂ ਜੀ ਹੁਣ ਇਹ ਭੁੱਲ ਸੁਧਾਰ ਦੇ ਨਾਂ ਤੇ ਸਿਆਸੀ ਰੈਲੀ ਜਿਹੜੀ ਕੀਤੀ ਗਈ ਹੈ ਉਹਦਾ ਵਿਰੋਧ ਵੀ ਹੋਇਆ ਬਿਲਕੁਲ ਜੁੱਤੀਆਂ ਦੀ ਬਰਸਾਤ ਵੀ ਹੋਈ ਹੈ ਰਾਤੀਂ ਚੇਤਰਾ ਦੀ ਹੋਈ ਬਰਸਾਤ ਤਾਂ ਅਸੀਂ ਚੁੱਪਚਾਪ ਲੰਘਦੇ ਰਹੇ ਹਾਂ ਇਹ ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਜੇਕਰ ਅੱਜ ਚੋਣ ਕਮਿਸ਼ਨ ਦੇ ਵੱਲੋਂ ਕੋਈ ਨੋਟੀਫਿਕੇਸ਼ਨ ਨਹੀਂ ਜਾਰੀ ਕੋਈ ਵੋਟਾਂ ਪੈਣ ਦੀ ਕੋਈ ਤਰੀਕ ਨਹੀਂ ਤੈਅ ਕੀਤੀ ਗਈ ਤਾਂ ਫਿਰ ਇੱਥੇ ਇਹ ਏਡੀਆਂ ਕਾਲੀਆਂ ਏਡੀਆਂ ਵੱਡੀਆਂ ਵੱਡੀਆਂ ਰੈਲੀਆਂ ਸਭ ਤੋਂ ਵੱਡੀ ਰੈਲੀ ਹੋਈ ਹੈ ਬਹੁਤ ਵੱਡੀ ਰੈਲੀ ਹੋਈ ਵੱਡੇ ਪੱਧਰ ਤੇ ਇਕੱਠਾ ਕੀਤਾ ਗਿਆ ਪਰ ਇਹਨਾਂ ਨੂੰ ਲਖੀਮਪੁਰ ਖੀਰੀ ਆਦ ਨਹੀਂ ਸੀ ਦੇਖੋ ਗੱਲ ਇਹ ਹੈ ਕਿ ਉੱਥੇ ਦੀ ਗੱਲ ਜਿਹੜੀ ਹੈ ਉੱਥੇ ਵੀ ਸਿਰਫ ਤੇ ਸਿਰਫ ਉਹ ਜਿਹੜੀਆਂ ਸਿਆਸੀ ਪਾਰਟੀਆਂ ਉਹ ਸਿਆਸਤ ਕਰ ਰਹੀਆਂ ਨੇ ਲੋਕੀ ਕਹਿ ਰਹੇ ਨੇ ਕਿ ਲਾਸ਼ਾਂ ਦੇ ਸਿਰ ਤੇ ਸਿਆਸਤ ਨਾ ਚੰਗਾਈ ਆਹ ਜਿਹੜੀ ਗੱਲ ਤੁਸੀਂ ਕਹਿ ਗਏ ਨਾ ਇਹਦੇ ਬਾਰੇ ਚਿੱਟੇ-ਚਿੱਟੇ ਲਫ਼ਜ਼ਾਂ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਜਿਹੜੇ ਨੇ ਪੀਕੇ ਉਹ ਕਹਿ ਚੁੱਕੇ ਨੇ ਕਹਿੰਦੇ ਨੇ ਕਿ ਲਖੀਮਪੁਰ ਖੀਰੀ ਤੋਂ ਕਾਂਗਰਸ ਨੂੰ ਕੋਈ ਫਾਇਦਾ ਨਹੀਂ ਹੋਣਾ ਇਹ ਫਾਇਦੇ ਲੱਭ ਰਹੇ ਨੇ ਦੇਖੋ ਸਭ ਤੋਂ ਵੱਡੀ ਜੀ ਤੇ ਮਾੜੀ ਗੱਲ ਹੂੰ ਕਿ ਅਸੀਂ ਉਹ ਜਿਹੜੇ ਲੋਕ ਇਸ ਜਹਾਨੋਂ ਚਲੇ ਗਏ ਨੇ ਰੁਕਸਤ ਹੋ ਗਏ ਨੇ ਉਹਨਾਂ ਦੀਆਂ ਲਾਸ਼ਾਂ ਦੇ ਵਿੱਚੋਂ ਫਾਇਦੇ ਲੱਭ ਰਹੇ ਆ ਜੀ ਉਹਨਾਂ ਦੀਆਂ ਲਾਸ਼ਾਂ ਨੂੰ ਆਪਣੀ ਕੁਰਸੀ ਦੇ ਵਿੱਚ ਕਿਲ ਵਾਂਗਣਾ ਠੋਕਣਾ ਚਾਹੁੰਦੇ ਆ ਜੀ ਇਹ ਜਿਹੜੀ ਮੰਦ ਭਾਵਨਾ ਆ ਹੂੰ ਏ ਨੇ ਸਾਡੇ ਦੇਸ਼ ਨੂੰ ਡੋਬਿਆ ਪਿਆ ਜੀ ਅਸੀਂ ਹਰ ਚੀਜ਼ ਦੇ ਵਿੱਚੋਂ ਫਾਇਦਾ ਦੇਖਦੇ ਹਾਂ ਹੁਣ ਇਹ ਪ੍ਰਸ਼ਾਂਤ ਕਿਸ਼ੋਰ ਜਿਹੜੇ ਹੈਗੇ ਇਹ ਤੇ ਕਾਂਗਰਸ ਦੇ ਹੀ ਆ ਜੀ ਕਾਂਗਰਸ ਨਹੀਂ ਉਹਨਾਂ ਨੂੰ ਕੀਤਾ ਹੋਇਆ ਹਾਇਰ ਕਿ ਤੂੰ ਭਾਈ ਸਾਡੀ ਡੁੱਬਦੀ ਬੇੜੀ ਜਿਹੜੀ ਤੂੰ ਹੀ ਪਾਰ ਲਾਉਣੀ ਹੈ ਤੂੰ ਦੇ ਠੰਮਣਾ ਕੋਈ ਹੁਣ ਉਹਨੇ ਜਿਹੜੀ ਇਹ ਗੱਲ ਆਖੀ ਹੈ ਕਿ ਇੱਥੋਂ ਕੋਈ ਫਾਇਦਾ ਨਹੀਂ ਹੋਣਾ ਵੀ ਆ ਜਾਓ ਵਾਪਸ ਜੀ ਠੀਕ ਹੈ ਜੇਕਰ ਫਾਇਦਾ ਨਹੀਂ ਹੋਣਾ ਹਮ ਤੇ ਇਹ ਪ੍ਰਸ਼ਾਂਤ ਕਿਸ਼ੋਰ ਦੱਸਿਆ ਫਿਰ ਹੁਣ ਫਾਇਦਾ ਕਿੱਥੋਂ ਲੈਣਾ ਸਗਾ ਜੀ ਕਿੱਦਾਂ ਲੈਣਾ ਸਗਾ ਹਮ ਠੀਕ ਤੇ ਜੇਕਰ ਏ ਫਾਇਦਾ ਲੈਣ ਗਏ ਸੀਗੇ ਤੇ ਇਹਨਾਂ ਦੇ ਵਾਸਤੇ ਸਭ ਤੋਂ ਮਾੜੀ ਸ਼ਰਮ ਵਾਲੀ ਗੱਲ ਹੈ ਕਿ ਤੁਸੀਂ ਉਹਨਾਂ ਲਾਸ਼ਾਂ ਤੋਂ ਫਾਇਦਾ ਲੈਣ ਗਏ ਸੀਗੇ ਤੁਸੀਂ ਆਪਣੀਆਂ ਕੁਰਸੀਆਂ ਚਮਕਾਉਣ ਗਏ ਸੀ ਹੁਣ ਦੂਸਰੀ ਗੱਲ ਕਰਦੇ ਆਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਜੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਉੱਥੇ ਗਏ ਉੱਥੇ ਜਾ ਕੇ 50-50 ਲੱਖ ਰੁਪਈਆ ਅਨਾਉਂਸ ਕਰਕੇ ਆ ਅਨਾਉਂਸ ਕੀਤਾ ਠੀਕ ਹੈ ਨਾ ਦੇਖੋ ਗੱਲ ਇਹ ਹੈ ਕਿ ਹਮਦਰਦੀ ਹੋਣੀ ਜੀ ਮਾੜੀ ਗੱਲ ਨਹੀਂ ਜੀ ਪਰ ਜਿਹੜੇ ਬਾਕੀ ਇੱਥੇ ਤੁਰੇ ਫਿਰਦੇ ਨੇ ਹਮ ਬਾਕੀ ਇੱਥੇ ਇਹਨੇ ਲੋਕ ਜਿਹੜੇ ਜਾਣਦੇ ਨੇ ਉਹ ਉਹਨਾਂ ਦੇ ਵਾਸਤੇ ਤੁਸੀਂ ਕੀ ਕਰ ਰਹੇ ਹੋ ਕੀ ਕਰ ਰਹੇ ਹੋ ਜੀ ਠੀਕ ਹੈ ਨਾ ਸਾਡਾ ਕੋਈ ਇਤਰਾਜ਼ ਨਹੀਂ ਕਿ ਤੁਸੀਂ 50 ਲੱਖ ਦਿਨੇ ਹੋ ਤੁਸੀਂ ਕਰੋੜ ਦੇ ਦਿਓ ਪਰ ਗੱਲ ਇਹ ਹੈ ਕਿ ਜਿਹੜੇ ਇਧਰ ਲਈ ਤੁਹਾਡੇ ਆਪਣੇ ਪੰਜਾਬ ਸੂਬੇ ਦੇ ਲੋਕ ਤੜਫ ਤੜਫ ਕੇ ਮਰ ਰਹੇ ਨੇ ਉਹਨਾਂ ਦੇ ਵਾਸਤੇ ਵੀ ਤੁਹਾਨੂੰ ਸੋਚਣਾ ਪਵੇਗਾ ਤੁਹਾਡੇ ਕੋਲ ਜੁਮਾ ਜੁਮਾ 4 ਦਿਨ ਆ ਇਹਨਾਂ 4 ਦਿਨਾਂ ਦੇ ਵਿੱਚ ਤੁਸੀਂ ਸਿਰਫ ਇੱਕ ਚੰਗਾ ਵਿਵਹਾਰ ਦਿਖਾ ਕੇ 2022 ਦਾ ਚਿਹਰਾ ਨਹੀਂ ਬਣ ਸਕਦੇ ਇੱਥੇ ਤੁਹਾਡੀਆਂ ਲੱਤਾਂ ਬਹੁਤਾਂ ਖਿੱਚਣੀਆਂ ਤੁਸੀਂ ਨਾ ਬਹੁਤ ਕੁਝ ਹੋਣਾ ਤੁਸੀਂ ਨਾ ਮੈਨੂੰ ਨਵਜੋਤ ਸਿੱਧੂ ਵਰਗੇ ਲੱਗ ਰਹੇ ਹੋ ਕਿਤੇ ਕਿਤੇ ਉਹਨਾਂ ਨੇ ਵੀ ਇੰਨੀ ਗੱਲ ਕੀਤੀ ਹੈ ਵੀ ਉਹ ਤਾਂ ਡਬੋਈ ਦੇਣਗੇ ਦੇਖੋ ਉਹਨਾਂ ਨੇ ਤਾਂ ਵੀ ਹੋਰ ਵੀ ਬਹੁਤ ਕੁਝ ਕੀਤਾ ਉਹ ਕੌਣ ਹੈ ਹਾਂ ਉਹਨਾਂ ਨੇ ਹੋਰ ਵੀ ਬਹੁਤ ਕੁਝ ਕੀਤਾ ਜੀ ਤੇ ਉਹਨਾਂ ਨੇ ਤਾਂ ਇਹ ਵੀ ਕਿਹਾ ਕਿ ਭਗਵਾਨ ਸਿੰਘ ਸਿੱਧੂ ਦੇ ਮੁੰਡੇ ਨੂੰ ਜੇਕਰ ਅੱਗੇ ਲਿਆਉਂਦੇ ਤਾਂ ਫਿਰ ਸਕਸੈਸ ਦੇਖਦੇ ਹੂੰ ਫਿਰ ਕਾਮਯਾਬੀ ਦੇਖਦੇ ਜੀ ਇਹਦਾ ਮਤਲਬ ਇਹ ਹੈ ਕਿ ਜਿਹੜਾ ਲਾਇਆ ਗਿਆ ਸੀਗਾ ਕੈਪਟਨ ਅਮਰਿੰਦਰ ਸਿੰਘ ਨੂੰ ਗੱਡੀ ਤੋਂ ਹੂੰ ਸਿਰਫ ਆਪਣੇ ਵਾਸਤੇ ਕੁਰਸੀ ਸਾਫ਼ ਕੀਤੀ ਸੀ ਜੀ ਠੀਕ ਹੈ ਨਾ ਜਦੋਂ ਬੰਦਾ ਕਿਸੇ ਬੱਸ ਦੇ ਵਿੱਚ ਚੜਦਾ ਨਾ ਹੂੰ ਰੋਡ ਵੇਜ ਦੀ ਲਾਰੀ ਦੇ ਵਿੱਚ ਚੜਨਾ ਹੋਵੇ ਸੀਟਾਂ ਪਹਿਲੇ ਗੀੜੇ ਦੇ ਵਿੱਚ ਬਹੁਤ ਜ਼ਿਆਦਾ ਮਿੱਟੀ ਪਈ ਹੁੰਦੀ ਆ ਬੰਦਾ ਕੋਈ ਸਾਫ਼ ਕਰੇ ਆਪਣੀ ਕੁਰਸੀ ਆਣ ਕੇ ਕੋਈ ਬੀਬੀ ਉੱਤੇ ਬਹਿ ਜਾਵੇ ਬੜਾ ਦੁੱਖ ਲੱਗਦਾ ਦੁੱਖ ਲੱਗਦਾ ਤਕਲੀਫ ਹੁੰਦੀ ਆ ਉਦ ਦਾ ਬੰਦਾ ਭਾਵੇਂ ਬੈਠਿਆ ਉੱਠ ਕੇ ਸੀਟ ਛੱਡ ਦੇਵੇ ਕਿਸੇ ਬਜ਼ੁਰਗ ਦੇ ਲਈ ਕਿਸੇ ਔਰਤ ਦੇ ਲਈ ਪਰ ਜਦੋਂ ਇਦਾਂ ਸਾਫ਼ ਕੀਤੀ ਸੀਟ ਤੇ ਕੋਈ ਹੋਰ ਬੈਠਦਾ ਤਾਂ ਉਸ ਵੇਲੇ ਦੁੱਖ ਲੱਗਦਾ ਫਿਰ ਇਹੋ ਜਿਹਾ ਦੁੱਖ ਉਦੋਂ ਹੀ ਮਹਿਸੂਸ ਹੁੰਦਾ ਜਦੋਂ ਹੁਣ ਆ ਹੋਇਆ ਕਿ ਭਗਵੰਤ ਸਿੰਘ ਦਾ ਮੁੰਡਾ ਜੇਕਰ ਅੱਗੇ ਆਉਂਦਾ ਫਿਰ ਸਕਸੈਸ ਹੋਣੀ ਸੀ ਫੇਰ ਸਫਲਤਾ ਮਿਲਣੀ ਸੀ ਇਹ ਤਾਂ 2022 ਦੇ ਵਿੱਚ ਡਬੋਦੂ ਪਾਰਟੀ ਨੂੰ ਤੇ ਜਾਂ ਪਾਰਟੀ ਤਾਂ ਡੁੱਬਦੀ ਪਈ ਹੈ ਹਣਾ ਗਾਲਾਂ ਕੱਢ ਦੇਣੀਆਂ ਇਹ ਜਿਹੜੀਆਂ ਸ਼ਬਦਾਬਲੀਆਂ ਹੈਗੀਆਂ ਇਹਦੇ ਨਾਲੋਂ ਚੰਗਾ ਤਾਂ ਬੰਦਾ ਸਦਾ ਲਈ ਮੌਨ ਹੋ ਜਾਵੇ 2-4 ਦਿਨਾਂ ਦਾ ਕੱਕ ਨਹੀਂ ਹੋਣਾ ਕਿਉਂਕਿ ਜੇਕਰ ਸਦਾ ਲਈ ਮੌਨ ਹੋ ਗਏ ਤਾਂ ਕਾਂਗਰਸ ਨੂੰ ਵੀ ਥੋੜੀ ਜਿਹੀ ਸ਼ਾਂਤੀ ਮਿਲ ਜੂ ਬਿਲਕੁਲ ਜੀ ਪਰ ਆਪਾਂ ਨੂੰ ਸ਼ਾਂਤੀ ਨਹੀਂ ਮਿਲਦੀ ਕਿਉਂਕਿ ਆਪਾਂ ਤਾਂ ਹਾਲੇ ਹੋਰ ਵੀ ਗੱਲਾਂ ਕਰਨੀਆਂ ਨਾਲੇ ਸ਼ਾਂਤੀ ਉਹਦਾ ਵੀ ਥੋੜੀ ਜਿਹੀ ਠੀਕ ਨਹੀਂ ਰਹਿੰਦੀ ਬਿਲਕੁਲ ਜੀ ਗੱਲਾਂ ਬਾਤਾਂ ਦਾ سلسلہ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ ਇਸ ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੁਹਾਡਾ ਸਵਾਗਤ ਪੰਜਾਬੀ ਸਾਥ ਦੇ ਵਿੱਚ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ ਤੁਸੀਂ ਜੁੜੇ ਹੋਏ ਹੋ ਔਰ ਇਸ ਵੇਲੇ ਸਾਡਾ ਤੇ ਤੁਹਾਡਾ ਇਹ ਸਫ਼ਰ ਚੱਲ ਰਿਹਾ ਚਰਨਜੀਤ ਜੋਗੀ ਤੇ ਰਮਣੀਕ ਕੌਰ ਦੇ ਨਾਲ ਔਰ ਫਿਰ ਕਿਵੇਂ ਔਰ ਰਮਣੀਕ ਕੌਰ ਜੀ ਬਿਲਕੁਲ ਵਧੀਆ ਅੱਗੇ ਨੂੰ ਸਫ਼ਰ ਤੋਰਦੇ ਹਾਂ ਜੀ ਕਿਉਂਕਿ ਸਾਡੇ ਦਰਸ਼ਕ ਜਿਹੜੇ ਇਹ ਦੇਖਦੇ ਨੇ ਸੋਚਦੇ ਨੇ ਕਿ ਹੁਣ ਤੇ ਕਿਹਦੇ ਸੰਗਤ ਦੇ ਵਿੱਚੋਂ ਗੱਲ ਕੱਢ ਕੇ ਲਿਆਉਣਗੇ ਬਿਲਕੁਲ ਜੀ ਜੇ ਗੱਲ ਕਰੀਏ ਅਸ਼ੀਸ਼ ਮਿਸ਼ਰਾ ਦੀ ਤੇ ਕਾਫੀ ਜਦੋਂ ਜੈਤ ਤੋਂ ਬਾਅਦ ਅਸ਼ੀਸ਼ ਮੇਸ਼ਰਾ ਨੇ ਸਰੈਂਡਰ ਕੀਤਾ ਗ੍ਰਿਫਤਾਰੀ ਹੋਈ ਆ ਉਹਨਾਂ ਦੀ ਬਿਲਕੁਲ ਦੇਖੋ ਇਹ ਵੀ ਜਿਹੜੀ ਗ੍ਰਿਫਤਾਰ ਵੀ ਹੋਈ ਹੈ ਨਾ ਜੀ ਇੱਕ ਬਹੁਤ ਕੀ ਕਹਿੰਦੇ ਨੇ ਪਲਾਨਡ ਹਮ ਇਹਨੇ ਚਰ ਬਾਅਦ ਜੀ ਤਿੰਨ ਤਰੀਕਾ ਦਾ ਹਾਦਸਾ ਵਾਪਰਿਆ ਹੋਇਆ ਹਮ ਤੇ ਇਹਨੇ ਦਿਨਾਂ ਬਾਅਦ ਜਿਕਰ ਹਫਤੇ ਬਾਅਦ ਇਹ ਗ੍ਰਿਫਤਾਰੀ ਹੁੰਦੀ ਹੈ ਤੇ ਬਹੁਤ ਕੁਝ ਸੋਚ ਵਿਚਾਰ ਕੇ ਹਮ ਜਿਸ ਥਾਣੇ ਦੇ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਜੀ 200 ਮੀਟਰ ਦੀ ਦੂਰੀ ਤੇ ਉਦੇ ਪਿਓ ਮੰਤਰੀ ਦਾ ਦਫ਼ਤਰ ਆ ਜੀ ਉੱਥੇ ਬਹੁਤ ਸਾਰੇ ਲੋਕ ਇਕੱਠੇ ਹੁੰਦੇ ਨੇ ਹਮ ਕਿਉਂ ਇਕੱਠੇ ਹੁੰਦੇ ਨੇ ਲੋਕ ਕੀ ਕਰਨ ਨੂੰ ਆਏ ਸੀ ਉਹ ਲੋਕ ਜੀ ਇਹ ਜਿਹੜੀਆਂ ਗੱਲਾਂ ਨੇ ਕੀ ਇਹ ਜਾਂਚ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ 200 ਮੀਟਰ ਹੁੰਦਾ ਕੰਨਾ ਹਮ ਠੀਕ ਹੈ ਨਾ 200 ਮੀਟਰ ਦੀ ਦੂਰੀ ਤੇ ਇੱਕ ਪਾਸੇ ਇਕੱਠ ਹੋ ਰਿਹਾ ਦੂਸਰੇ ਪਾਸੇ ਜਾਂਚ ਪੜਤਾਲ ਹੋ ਰਹੀ ਸਵਾਲ ਉਹਨੂੰ ਪੁੱਛੇ ਜਾ ਰਹੇ ਨੇ ਸਵਾਲਾਂ ਦੇ ਉਹ ਜਵਾਬ ਨਹੀਂ ਦੇ ਸਕਦਾ ਹੜਬੜਾ ਰਿਹਾ ਹੈ ਤੇ ਇਹ ਜਿਹੜੀ ਲੋਕਾਂ ਦੀ ਇਕੱਠ ਆ ਕਿਤੇ ਇਹ ਜਾਂਚ ਨੂੰ ਪ੍ਰਭਾਵਿਤ ਤਾਂ ਨਹੀਂ ਕਰ ਰਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋ ਸਰਕਾਰਾਂ ਇਹ ਕਾਨੂੰਨ ਜਿਹੜੇ ਆ ਉਹ ਆਪਣੇ ਹਿਸਾਬ ਦੇ ਨਾਲ ਚਲਾਉਂਦੀਆਂ ਹੂੰ ਤੁਹਾਡੇ ਲਈ ਕਾਨੂੰਨ ਹੋ ਰਿਹਾ ਮੇਰੇ ਲਈ ਕਾਨੂੰਨ ਹੋ ਰਿਹਾ ਕਿਉਂਕਿ ਇਹ ਕਾਨੂੰਨ ਦੇ ਨਾਲ ਖੇਡਣਾ ਜਾਣਦੇ ਆ ਜੀ ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਪੁਲਿਸ ਨੇ ਧਾਰਾ ਲਾਈ ਹੈ ਫਿਰ ਕਿਹੜੀ ਹੈ ਕਦੇ ਬੰਬ ਸੋੜ ਦਿੰਦਾ ਹੂੰ ਧਾਰਾ ਤੇ ਕਦੋਂ ਵੀ ਟੁੱਟ ਸਕਦੀ ਸਾਨੂੰ ਪਤਾ ਏ ਕਿ ਪੁਲਿਸ ਦੇ ਕੰਮਕਾਰ ਕਿੱਦਾਂ ਦੇ ਹੁੰਦੇ ਆ ਠੀਕ ਹੈ ਨਾ ਧਾਰਾ ਤੇ ਕਦੋਂ ਵੀ ਟੁੱਟ ਸਕਦੀ ਹੈ ਧਾਰਾ ਤੇ ਇਹ ਆਪ ਜਿਨ੍ਹਾਂ ਦਾ ਪਿਓ ਮੰਤਰੀ ਹੈ ਉਹ ਤੇ ਕਦੋਂ ਵੀ ਤੜਵਾ ਸਕਦੇ ਨੇ ਜੀ ਸੋ ਇਹ ਜਿਹੜੀਆਂ ਉੱਥੇ ਗ੍ਰਿਫਤਾਰੀ ਹੋ ਗਈ ਗ੍ਰਿਫਤਾਰੀ ਤੋਂ ਸੰਤੁਸ਼ਟ ਹੋ ਕੇ ਬੈਠ ਜਾਣਾ ਉਹਦੀ ਪੈਰਵਾਹੀ ਕੌਣ ਕਰੇਗਾ ਜੀ ਉਹਦੀ ਪਿੱਛੇ ਪੈਰਵਾਹੀ ਵੀ ਕਰਨੀ ਪੈਣੀ ਜਿਨ੍ਹਾਂ ਨੂੰ 45 45 ਲੱਖ ਮਿਲ ਗਿਆ ਹੂੰ ਉਹ ਕਦ ਪੈਰਵਾਹੀ ਕਰਨਗੇ ਜੀ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਉਹ ਤਾਂ ਇੱਕ ਉਹਨਾਂ ਦਾ ਕੰਪਰੋਮਾਈਜ਼ ਹੋ ਗਿਆ ਜੇ ਮੰਨ ਲਓ ਧਾਰਾਂ ਵੀ ਲੱਗ ਗਈਆਂ ਅਦਾਲਤ ਦੇ ਵਿੱਚ ਕੰਪਰੋਮਾਈਜ਼ ਪੇਸ਼ ਹੋ ਗਿਆ ਗੱਲ ਤਾਂ ਵੀ ਉੱਥੇ ਠੱਪ ਹੋ ਜਾਣੀ ਹੈ ਬਿਲਕੁਲ ਬਹੁਤ ਇੱਕ ਪਲਾਨਡ ਤਰੀਕੇ ਦੇ ਨਾਲ ਇਹ ਸਰੰਡਰ ਹੋਇਆ ਹੈ ਔਰ ਇਸ ਸਰੰਡਰ ਦੇ ਵਿੱਚੋਂ ਕੀ ਨਿਕਲ ਇਹ ਤੁਸੀਂ ਦੇਖ ਲਿਓ ਕਿਉਂਕਿ ਇਹ ਕਾਨੂੰਨ ਜਿਹੜਾ ਹੈ ਜੀ ਖਾਸ ਕਰਕੇ ਸਾਡੇ ਭਾਰਤ ਦਾ ਕਾਨੂੰਨ ਕਹਿੰਦੇ ਨੇ ਕਿ ਇਹ ਕਾਨੂੰਨ ਦਮ ਅੱਗੇ ਜਾਂ ਦਮਾਂ ਅੱਗੇ ਝੁਕ ਜਾਇਆ ਕਰਦਾ ਹੈ ਗਰੀਬਾਂ ਲਈ ਬਾਣੀਆਂ ਦੀ ਹੱਟੀ ਚੋਂ ਅਨਾਜ ਦੀ ਤਰ੍ਹਾਂ ਮੁੱਕ ਜਾਇਆ ਕਰਦਾ ਹੈ ਬਿਲਕੁਲ ਜੀ ਅਗਲੀ ਗੱਲ ਕਰ ਲੈਣੇ ਆਂ ਬਿਜਲੀ ਦੀ ਬਿਜਲੀ ਦਾ ਸੰਕਟ ਐ ਸੋਲੇ ਨਾ ਸਿਰਫ ਪੰਜਾਬ ਬਲਕਿ ਦਿੱਲੀ ਤੇ ਵੀ ਛਾਇਆ ਹੋਇਆ ਹੈ ਦਿੱਲੀ ਵਾਲਿਆਂ ਨੇ ਵੀ ਐਲਾਨ ਕਰ ਦਿੱਤਾ ਕਿ ਹੁਣ ਪਈ ਸਾਮ-ਸਾਮ ਕੇ ਬਿਜਲੀ ਵਰਤਿਓ ਹਾਂਜੀ 2 ਤੋਂ 6 ਵਜੇ ਤੱਕ ਦਾ ਕੱਟ ਲੱਗੇਗਾ ਲੰਬਾ ਵੀ ਚੱਲ ਸਕਦਾ ਇੱਕ ਦਿਨ ਦੀ ਸਾਡੇ ਕੋਲ ਬਿਜਲੀ ਬਚੀ ਐ ਸਿਰਫ ਇੱਕ ਦਿਨ ਦੀ ਸਾਡੇ ਕੋਲ ਸਟਾਕ ਐ ਤੇ ਇੱਧਰ ਪੰਜਾਬ ਦੇ ਵਿੱਚ ਵੀ ਲੰਬੇ-ਲੰਬੇ ਕੱਟ ਲੱਗਣੇ ਸ਼ੁਰੂ ਹੋ ਗਏ ਨੇ ਕਹਿੰਦੇ ਨੇ ਕਿ ਸਾਡੇ ਤਾਪ ਘਰਾਂ ਦੇ ਵਿੱਚ ਕੋਲਾ ਮੁੱਕ ਗਿਆ ਤੇ ਦੂਜੇ ਪਾਸੇ ਜਿਹੜੇ ਸਾਡੇ ਮੰਤਰੀ ਨੇ ਉਹ ਵੱਡੇ-ਵੱਡੇ ਐਲਾਨ ਕਰ ਦਿੰਦੇ ਨੇ ਅਸੀਂ ਤਾਂ ਬਿਜ ਕਿੱਦਾਂ ਉਹੀ ਤਾਂ ਗੱਲ ਹੈ ਜੀ ਕਿ ਕਿਹੜੇ ਆਪਣੇ ਪਿਓ ਵਾਲੇ ਟਰਾਂਸਫਾਰਮਰ ਤੋਂ ਤਾਰਾ ਜੋੜਨੀਆਂ ਜ਼ਿੱਧੀਆਂ ਕੋਲਾ ਤੁਹਾਡੇ ਕੋਲ ਹੈ ਨਹੀਂ ਹੂੰ ਬਿਜਲੀ ਤੁਹਾਡੀ ਮੁੱਕਦੀ ਜਾਂਦੀ ਹੈ ਜੋ ਤੁਹਾਡਾ ਸਟਾਕ ਹੈ ਉਹ ਖਤਮ ਹੁੰਦਾ ਜਾ ਰਿਹਾ ਸਾਰਾ ਕੁਝ ਤੇ ਅਸੀਂ ਕਿਉਂ ਲੋਕਾਂ ਨੂੰ ਪਰਮਾ ਕੇ ਲੋਕਾਂ ਨੂੰ ਵਿਚਾਰਿਆਂ ਨੂੰ ਲੌਲੀਪੌਪ ਦੇ ਕੇ ਅਸੀਂ ਪੰਜਾਬ ਦਾ ਕੀ ਪੂਰੇ ਦੇਸ਼ ਦਾ ਪੱਠਾ ਹੀ ਬਠਾਈ ਜਾਂਦੇ ਹਾਂ ਜੀ ਫਰੀ ਦੀਆਂ ਚੀਜ਼ਾਂ ਫਰੀਦੀ ਦੇ ਲੋਕ ਜ਼ਹਿਰ ਜਿਹੜੇ ਹੈ ਨਾ ਉਹ ਵੀ ਨਹੀਂ ਛੱਡਦੇ ਜੀ ਠੀਕ ਹੈ ਨਾ ਕਿਸੇ ਬੰਦੇ ਨੂੰ ਕੀ ਕਹਿੰਦਾ ਸੱਪਾਂ ਦੀ ਦੁਕਾਨ ਪਾ ਲਈ ਅੱਛਾ ਹਮ ਸੱਪਾਂ ਦੀ ਦੁਕਾਨ ਪਾ ਲਈ ਤੇ ਇੱਕ ਤੇਰੇ ਵਰਗਾ ਆਇਆ ਅੱਛਾ ਮੇਰੇ ਵਰਗਾ ਹਾਂ ਉਹ ਕਹਿੰਦਾ ਭਾਈ ਸੱਪ ਕਿੰਨੇ ਨੂੰ ਲਾਇਆ ਹਮ ਕਹਿੰਦਾ ਸੱਪ ਤਾਂ ਮੈਂ ਫਰੀਦ ਨਾ ਯਾਰ ਅੱਛਾ ਕਹਿੰਦਾ ਅੱਛਾ ਫਿਰ ਦੋ ਦੇ ਦੇ ਹਮ ਕਹਿੰਦਾ ਦੋ ਤੂੰ ਕੀ ਕਰ ਰਿਹਾ ਕਹਿੰਦਾ ਯਾਰ ਇੱਕ ਇਸਗਵਾਂਡ ਦੇ ਵਿੱਚ ਛੱਡ ਦੇਣਾ ਇੱਕ ਉਸਗਵਾਂਡ ਦੇ ਵਿੱਚ ਗਵੰਡੀ ਤਾਂ ਥੋੜੇ ਜਿਹੇ ਤੜਫਾਈਏ ਸਾਡੇ ਇੱਥੇ ਹਿੰਦੂਸਤਾਨ ਦੇ ਵਿੱਚ ਜਿਹੜੀਆਂ ਵੀ ਚੀਜ਼ਾਂ ਤੁਸੀਂ ਫ੍ਰੀ ਦਿੰਦੇ ਹੋ ਲੋਕੀ ਉਹਨਾਂ ਦੀ ਰੱਜ ਕੇ ਨਜਾਇਜ਼ ਵਰਤੋਂ ਕਰਦੇ ਆ ਜੀ ਬਿਜਲੀ ਜਿਹੜੀ ਚੀਜ਼ ਤੁਸੀਂ ਮੁੱਲ ਬਣਾਉਂਦੇ ਹੋ ਸਾਰਾ ਕੁਝ ਕਰਦੇ ਹੋ ਉਹਦੇ ਵ ਤੁਸੀਂ ਫ੍ਰੀ ਵਿਦਿਆ ਕਿਉਂ ਨਹੀਂ ਦਿੰਦੇ ਹਮ ਤੁਸੀਂ ਫ੍ਰੀ ਜਿਹੜਾ ਮੈਡੀਕਲ ਸਹੂਲਤਾਂ ਕਿਉਂ ਨਹੀਂ ਦਿੰਦੇ ਜੀ ਤੁਸੀਂ ਫ੍ਰੀ ਜਿਹੜੀ ਆ ਹੋਰ ਚੀਜ਼ਾਂ ਸਾਨੂੰ ਕਿਉਂ ਨਹੀਂ ਦਿੰਦੇ ਬੁਨਿਆਦੀ ਸਹੂਲਤਾਂ ਸਾਡੀਆਂ ਮੈਂ ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਕਿ ਲੋਕ ਜਦੋਂ ਕੋਈ ਲੀਡਰ ਆਉਂਦਾ ਨਾ ਤੁਹਾਡੇ ਕੋਈ ਐਮਐਲਏ ਆਉਂਦਾ ਕੋਈ ਮੰਤਰੀ ਸੰਤਰੀ ਕੋਈ ਤੁਹਾਡੇ ਕੋਲ ਆਉਂਦਾ ਲੋਕ ਕਹਿੰਦੇ ਨੇ ਜੀ ਸਾਨੂੰ ਹਸਪਤਾਲ ਬਣਾ ਕੇ ਦਿਓ ਹੂੰ ਸਾਨੂੰ ਡਿਸਪੈਂਸਰੀ ਖੋਲ ਕੇ ਦਿਓ ਇਸੇ ਕਰਕੇ ਅ ਦਿੱਲੀ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਕਿਹਾ ਅਸੀਂ ਪਿੰਡਾਂ ਦੇ ਵਿੱਚ ਕਲੀਨਿਕ ਖੋਲ੍ਹਾਂਗੇ ਹੂੰ ਸਾਨੂੰ ਨਹੀਂ ਚਾਹੀਦੇ ਕਲੀਨਿਕ ਸਾਨੂੰ ਨਹੀਂ ਚਾਹੀਦੇ ਹਸਪਤਾਲ ਸਾਨੂੰ ਨਹੀਂ ਚਾਹੀਦਾ ਮੁਫਤ ਇਲਾਜ ਸਾਨੂੰ ਤੰਦਰੁਸਤੀ ਚਾਹੀਦੀ ਹੈ ਜੀ ਇਹ ਤੰਦਰੁਸਤੀ ਦੇ ਸਕਦੇ ਹੂੰ ਸਾਨੂੰ ਤੰਦਰੁਸਤੀ ਵਾਲਾ ਮਾਹੌਲ ਦੇ ਸਕਦੇ ਪੋਲੂਸ਼ਨ ਦੇ ਨਾਲ 10 10 ਸਾਲ ਉਮਰ ਘਟ ਗਈ ਹਿੰਦੁਸਤਾਨੀਆਂ ਨੇ ਜੀ ਭਾਰਤੀ ਲੋਕ 10 ਸਾਲ ਪਹਿਲਾਂ ਮਰਨ ਲੱਗ ਪਏ ਇਸ ਪੋਲੂਸ਼ਨ ਦੀ ਵਜ੍ਹਾ ਦੇ ਨਾਲ ਕੀ ਸਾਨੂੰ ਇਹ ਪੋਲੂਸ਼ਨ ਤੋਂ ਬਚਾਉਣ ਦੇ ਵਾਸਤੇ ਉਹੋ ਜਿਹਾ ਵਾਤਾਵਰਣ ਦੇ ਸਕਦੇ ਆ ਤੇ ਜੇਕਰ ਨਹੀਂ ਫਿਰ ਹਸਪਤਾਲ ਤੋਂ ਭਾਵੇਂ ਘਰ ਘਰ ਕੋਲ ਜੋਗੀ ਜੀ ਫ੍ਰੀ ਦੀ ਗੱਲ ਤੁਸੀਂ ਕੀਤੀ ਹੈ ਤਾਂ ਫ੍ਰੀ ਕੁਝ ਵੀ ਨਹੀਂ ਮਿਲ ਰਿਹਾ ਜੀ ਇੰਨਾ ਜ਼ਿਆਦਾ ਲੋਕਾਂ ਨੇ ਦੁੱਖ ਚੱਲਿਆ ਲੋਕਾਂ ਦੇ ਕਮਾਈ ਦੇ ਸਾਧਨ ਨਹੀਂ ਸੀ ਇਹਦੇ باوجود ਪ੍ਰਾਈਵੇਟ ਸਕੂਲ ਵਾਲਿਆਂ ਨੇ ਉਹਨਾਂ ਦੀ ਚਮੜੀ ਦੇ ਵਿੱਚੋਂ ਵੀ ਪੈਸੇ ਖਿੱਚਣ ਦੀ ਕੋਸ਼ਿਸ਼ ਕੀਤੀ। ਇੰਨੀ ਗੱਲ ਵੀ ਕਹੀ ਕਿ ਜੇ ਅਸੀਂ ਬੱਚਿਆਂ ਤੋਂ ਫੀਸਾਂ ਨਹੀਂ ਲਵਾਂਗੇ ਤਾਂ ਫਿਰ ਸਾਡੇ ਸਟਾਫ ਦਾ ਖਰਚਾ ਕਿਵੇਂ ਚੱਲੇਗਾ? ਜੀ ਦੇਖੋ ਕਿਸੇ ਹੱਦ ਤੱਕ ਅਸੀਂ ਸਿੱਕੇ ਦੇ ਦੋਨੋਂ ਪਹਿਲੂ ਦੇਖੀਏ। ਜੀ ਗੱਲ ਵੀ ਸੱਚੀ ਹੈ। ਕਿ ਜੇਕਰ ਉਹਨਾਂ ਦੇ ਕੋਲ ਪੈਸੇ ਨਹੀਂ ਹੋਣਗੇ ਤਾਂ ਸਕੂਲ ਦੇ ਸਟਾਫ ਨੂੰ ਕਿੱਥੋਂ ਦੇਣਗੇ? ਜੀ ਦੂਸਰੇ ਪਾਸੇ ਹਮ ਗੱਲ ਇਹ ਵੀ ਹੈ ਕਿ ਉੱਥੇ ਸਕੂਲ ਦੇ ਸਟਾਫ ਨੂੰ ਉਹਨੇ ਪੈਸੇ ਦਿੱਤੇ ਨਹੀਂ ਗਏ ਨਹੀਂ ਦਿੱਤੇ ਗਏ ਜਿੰਨੇ ਨਿਆਣੇ ਦੇ ਕੋਲ ਲੈ ਲੈ ਗਏ ਹਮ ਐਮਏ ਪੜੀਆਂ ਕੁੜੀਆਂ ਮੁੰਡੇ ਬਹੁਤ ਲੋਕ ਬੇਰੋਜ਼ਗਾਰ ਹੋਏ ਬੇਰੋਜ਼ਗਾਰ ਹੋਇਆ ਔਰ ਉਹਨਾਂ ਨੂੰ ਡਰਾ ਕੇ ਕਿ ਅਸੀਂ ਤੁਹਾਨੂੰ ਅੱਗੇ ਤੋਂ ਕੰਟੀਨਿਊ ਨਹੀਂ ਕਰ ਸਕਾਂਗੇ ਅਸੀਂ ਤੁਹਾਡੀ ਜਿਹੜੀ ਤੁਹਾਡਾ ਫੰਡ ਸਾਡੇ ਕੋਲ ਪਿਆ ਆ ਤੁਹਾਡਾ ਐਡਵਾਂਸ ਸਾਡੇ ਕੋਲ ਪਿਆ ਹੋਇਆ ਹੈ ਉਹ ਨਹੀਂ ਦਵਾਂਗੇ ਤੁਹਾੜੇ ਬਿਲਕੁਲ ਇਸ ਤਰ੍ਹਾਂ ਦੇ ਤਰੀਕਿਆਂ ਦੇ ਨਾਲ ਡਰਾਤ ਮੁਕਾ ਕੇ ਉਹਨਾਂ ਤੋਂ ਆਨਲਾਈਨ ਕਲਾਸਿਸ ਵੀ ਲਗਵਾਈਆਂ ਗਈਆਂ ਉਹ ਸਕੂਲ ਵੀ ਜਾਂਦੇ ਰਹੇ ਹੁਣ ਜਿਹੜਾ ਤੁਸੀਂ ਗੱਲ ਕਰਦੇ ਹੋ ਕਿ ਜੇਕਰ ਫੀਸਾਂ ਨਹੀਂ ਲਵਾਂਗੇ ਕਿਉਂਕਿ ਫੀਸਾਂ ਨਾ ਦੇਣ ਦੀ وجہ ਦੇ ਨਾਲ ਸਕੂਲਾਂ ਦੇ ਵਿੱਚੋਂ ਪ੍ਰਾਈਵੇਟ ਦੇ ਵਿੱਚੋਂ ਬੱਚਿਆਂ ਦੇ ਨਾਮ ਕੱਟ ਦਿੱਤੇ ਗਏ ਉਹਨਾਂ ਨੂੰ ਘਰੇ ਭੇਜ ਦਿੱਤਾ ਗਿਆ ਹੁਣ ਇਦਾਂ ਹੀ ਕਿਸੇ ਮੈਡਮ ਨੇ ਹੂੰ ਇਹ ਸੱਚੀ ਗੱਲ ਹੈ ਜੀ ਸਕੂਲ ਦੇ ਵਿੱਚ ਪੜਾਇਆ ਹੂੰ ਕਹਿੰਦੇ ਬੱਚੋ ਦੱਸੋ ਵੀ ਤਾਜਮਹਿਲ ਕਿੱਥੇ ਆ? ਹੂੰ ਉਹ ਕਹਿੰਦੇ ਜੀ ਤਾਜਮਹਿਲ ਤਾਂ ਹੈਗਾ ਆਗਰੇ ਹੂੰ ਉਹ ਕਹਿੰਦੇ ਨਹੀਂ ਨਹੀਂ ਬੇਟਾ ਆਗਰੇ ਨਹੀਂ ਹੈਗਾ ਹੂੰ ਤਾਜਮਹਿਲ ਹੈਗਾ ਪਪਾਲ ਦੇ ਵਿੱਚ ਇਹ ਗਲਤ ਹੈ ਬੱਚੇ ਸਹੀ ਸੀ ਮੈਡਮ ਕਿਉਂ ਗਲਤ ਪੜਾ ਰਹੀ ਹੈ? ਬਸ ਤੇ ਉਹ ਬੱਚੇ ਵੀ ਕਹਿੰਦੇ ਨਹੀਂ ਮੈਡਮ ਜੀ ਆਗਰੇ ਆ ਨਹੀਂ 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 ਬੇਟਾ ਤੁਸੀਂ ਗਲਤ ਹੋ ਹੂੰ ਤਾਜਮਹਿਲ ਜਿਹੜਾ ਪਪਾਲ ਦੇ ਵਿੱਚ ਹੀ ਆ ਅੱਛਾ ਲਓ ਜੀ ਰੌਲਾ ਪੈ ਗਿਆ ਹੂੰ ਸਕੂਲ ਦੇ ਵਿੱਚ ਕੀ ਮੈਡਮ ਤੇ ਗਲਤ ਪੜਾ ਗਈ ਹੈ ਜਿੱਦਾਂ ਤੁਸੀਂ ਗਿਆ ਹਾਏ ਹਾਏ ਤੋਬਾ ਕੀਤੀ ਆ ਇਹ ਗੱਲ ਪਹੁੰਚਦੀ ਪਹੁੰਚਦੀ ਨਿਆਣਿਆਂ ਦੇ ਮਾਪਿਆਂ ਦੇ ਕੋਲ ਪਹੁੰਚ ਗਈ ਅੱਛਾ ਮਾਪੇ ਸਾਰੇ ਜਿੰਨੇ ਵੀ ਮਾਪੇ ਐਸੋਸੀਏਸ਼ਨ ਦੇ ਕੀ ਉਹ ਇਕੱਠੀ ਹੋ ਕੇ ਸਕੂਲੇ ਆ ਗਈ ਟੀਚਰ ਦੇ ਖਿਲਾਫ ਪ੍ਰਦਰਸ਼ਨ ਟੀਚਰ ਦੇ ਖਿਲਾਫ ਜਿੰਦਾਬਾਦ ਮਰਦਾਬਾਦ ਪ੍ਰਿੰਸੀਪਲ ਨੇ ਸੱਦ ਲਏ ਅੰਦਰ ਕੀ ਆਜਾ ਤੁਸੀਂ ਅੰਦਰ ਆਓ ਬੈਠ ਕੇ ਗੱਲ ਕਰਦੇ ਆਂ ਮੇਰਾ ਰੌਲਾ ਪਾਉਣ ਦੇ ਨਾਲ ਤਾਂ ਕੁਝ ਹੋਣਾ ਨਹੀਂ ਉਹ ਟੀਚਰ ਵੀ ਬੁਲਾ ਲਈ ਕਹਿੰਦੇ ਹਾਂਜੀ ਵੀ ਤੁਸੀਂ ਇਹ ਸ਼ਿਕਾਇਤ ਮਿਲੀ ਆ ਕਿ ਬੱਚਿਆਂ ਨੂੰ ਗਲਤ ਪੜਾ ਰਹੇ ਹੋ ਕਿ ਵਾਰ-ਵਾਰ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਤਾਜਮਹਾਲ ਉਹ ਆਗਰੇ ਨਹੀਂ ਹੈਗਾ ਉਪ ਭਾਲ ਦੇ ਵਿੱਚ ਕਹਿੰਦੇ ਹਾਂਜੀ ਬਿਲਕੁਲ ਕਿਹਾ ਜੀ ਅੱਛਾ ਮੰਨ ਗਈ ਐਨੀ ਟਿੱਡ ਕਹਿੰਦੀ ਮੈਂ ਕਿਹਾ ਚੋਰੀ ਤੇ ਸੀਨਾ ਚੋਰੀ ਹਾਂ ਕਹਿੰਦੀ ਇਸ ਕਰਕੇ ਕਿਹਾ ਕਿ ਜਦੋਂ ਤੁਹਾਨੂੰ ਅਸੀਂ ਫੋਨ ਕਰਦੇ ਸੀ ਤੁਹਾਨੂੰ ਮੈਸੇਜ ਭੇਜਦੇ ਸੀ ਕਿ ਆਣ ਕੇ ਬੱਚਿਆਂ ਦੀ ਫੀਸ ਜਮਾ ਕਰਾਓ ਤੁਸੀਂ ਨਹੀਂ ਆਉਂਦੇ ਸੀ ਅੱਛਾ ਅੱਜ ਮਾੜਾ ਜ ਮੈਂ ਤਾਜਮਹਿਲ ਨੂੰ ਆਗਰੇ ਤੋਂ ਪਪਾਲ ਲੈ ਗਈ ਤੁਹਾਨੂੰ ਬੜੀ ਤਕਲੀਫ ਹੋਈ ਤੁਸੀਂ ਫਟਦੇ ਨਿੱਟ ਕੇ ਆ ਗਏ ਇੱਥੇ ਕਿ ਨਹੀਂ ਨਹੀਂ ਜੀ ਆਹ ਕੰਮ ਇਦਾਂ ਤੇ ਇਦਾਂ ਹੀ ਆ ਪਹਿਲਾਂ ਫੀਸ ਜਮਾ ਕਰਾਓ ਜਦ ਤੱਕ ਤੁਹਾਡੀ ਫੀਸ ਜਮਾ ਨਾ ਹੋਈ ਤਦ ਤੱਕ ਸਾਡਾ ਤਾਜਮਹਲ ਪਹਵਾਲੇ ਰਹਿਣਾ ਇਹ ਵੀ ਸਹੀ ਹੈ ਹਾਂ ਉਧਰ ਦੂਜੇ ਪਾਸੇ ਗੱਲ ਕਰ ਲਈਏ ਅਮਿਤ ਸ਼ਾਹ ਹੋਰਾਂ ਨੇ ਐਲਾਨ ਕੀਤਾ ਕਿ ਜਿਹੜੀ ਉਹ ਸਟੇਸ਼ਨਾਂ ਦੇ ਉੱਪਰ ਚਾਹ ਜਿਹੜੀ ਆ ਉਹ ਕੁਲੜਾਂ ਚ ਮਿਲੇਗੀ ਇਹ ਐਲਾਨ ਬਹੁਤ ਦੇਰ ਪਹਿਲਾਂ ਲਾਲੂ ਪ੍ਰਸ਼ਾਦ ਯਾਦਵ ਹੋਰਾਂ ਨੇ ਵੀ ਕਿਹਾ ਸੀ ਜਦੋਂ ਉਹ ਰੇਲ ਮੰਤਰੀ ਸੀ ਜੀ ਦੇਖੋ ਅਮਿਤ ਸ਼ਾਹ ਜੀ ਇਹ ਹੁਣ ਗੱਲ ਕਰ ਰਹੇ ਨੇ ਕਿ ਚਾਹ ਜਿਹੜੀ ਆ ਉਹ ਕੁਲੜਾਂ ਦੇ ਵਿੱਚ ਮਿਲੂਗੀ ਜੀ ਉਹ ਗੱਲ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੰਗਾਈ ਇੰਨੀ ਹੋ ਜਾਣੀ ਆ ਹੂੰ ਕਿ ਚਾਹ ਦਾ ਕਿਸੇ ਨੂੰ ਸਵਾਦ ਲੈਣ ਦੇ ਲਈ ਜਿੰਜ ਪੈਸਾ ਨਹੀਂ ਹੋਣਾ ਨਾਲੇ ਦੂਸਰੀ ਗੱਲ ਇਹ ਹੈ ਕਿ ਤੁਸੀਂ ਚਾਹਾਂ ਦੀਆਂ ਗੱਲਾਂ ਕਰਦੇ ਹੋ ਕੁਲੜਾਂ ਦੀਆਂ ਗੱਲਾਂ ਕਰਦੇ ਹੋ ਸਟੇਸ਼ਨ ਤੇ ਤੁਸੀਂ ਪ੍ਰਾਈਵੇਟ ਕਰੀ ਜਾਣੇ ਆ ਹੂੰ ਟ੍ਰੇਨਾਂ ਤੁਸੀਂ ਪ੍ਰਾਈਵੇਟ ਕਰੀ ਜਾਣੀਆਂ ਤੇ ਉੱਥੇ ਚਾਹ ਅਗਲੇ ਚਾਹੇ ਕੁਲੜਾਂ ਦੇ ਵਿੱਚ ਵੇਚਣ ਤੇ ਚਾਹੇ ਅਗਲੇ ਕਹਣਗੇ ਭਾਈ ਤਤੀ ਤਤੀ ਚਾਹ ਬੁੱਕ ਕਰਕੇ ਪੀ ਲਓ ਹੈਨਾ ਸੋ ਇਸ ਕਰਕੇ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਅਨਾਉਂਸਮੈਂਟਸ ਦੇ ਨਾਲੋਂ ਚੰਗਾ ਹੈ ਕਿ ਤੁਸੀਂ ਉੱਥੇ ਸਹੂਲਤਾਂ ਦੇ ਲੋਕਾਂ ਨੂੰ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਅੰਤਰਰਾਸ਼ਟਰੀ ਪੱਦਰ ਦੀਆਂ ਉਹ ਤਾਂ ਦਿਓ ਲੋਕੀਂ ਉੱਥੇ ਖਰਚਾ ਕਰਕੇ ਆਉਂਦੇ ਆ ਟਿਕਟਾਂ ਲੈਂਦੇ ਸਾਰਾ ਕੁਝ ਹੁੰਦਾ ਪਰ ਉੱਥੇ ਤੁਹਾਡੇ ਬਾਥਰੂਮਾਂ ਦੀ ਕੀ ਹਾਲਾਤ ਨੇ ਜੀ ਉਹ ਸਾਰਾ ਜੱਗ ਜਾਣਦਾ ਔਰ ਉਹੋ ਜਿਹੇ ਹਾਲਾਤ ਹੀ ਦੇਸ਼ ਦੇ ਬਣਦੇ ਗਾ ਗੱਲ ਕਰੀਏ ਆਪਣੇ ਸਮਾਜ ਦੀ ਜੋਗੀ ਜੀ ਤੇ ਸਾਡੇ ਸਮਾਜ ਦੇ ਵਿੱਚ ਵਿਆਹ ਬਹੁਤ ਇੰਪੋਰਟੈਂਟ ਹਿੱਸਾ ਹੈ ਬਿਲਕੁਲ ਜੀ ਬਹੁਤ ਵਿਆਹ ਦਾ ਸੀਜ਼ਨ ਹੈ ਹਾਂ ਦੇਖੋ ਵਿਆਹ ਹਮ ਜਿਹੜੇ ਬੰਦੇ ਨੇ ਨਹੀਂ ਹੋਇਆ ਹੋਵੇ ਜੀ ਪਤਾ ਉਹਨੂੰ ਲੱਗਦਾ ਹਮ ਠੀਕ ਹੈ ਨਾ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਊਣੀ ਮੋੜ ਆਉਂਦਾ ਹੈ ਕਈਆਂ ਦੇ ਨਹੀਂ ਵੀ ਆਉਂਦਾ ਕਿ ਵਿਚਾਰੇ ਤਰਸਦੇ ਰਹਿੰਦੇ ਆ ਜਿਨ੍ਹਾਂ ਦੇ ਨਹੀਂ ਆਉਂਦਾ ਜੇਕਰ ਕਿਤੇ ਉਹ ਕਿਸੇ ਕੋਈ ਬਹੁਤ ਵੱਡੇ ਅਹੁਦੇ ਤੇ ਪਹੁੰਚ ਜਾਣਾ ਤੇ ਉਹ ਸਾਰੇ ਦੇਸ਼ ਨੂੰ ਤੜਫਾਉਂਦੇ ਆ ਬਿਲਕੁਲ ਆਪਣੀਆਂ ਹੀ ਮੰਨਦੀਆਂ ਕਰਦੇ ਆ ਫਿਰ ਦੂਸਰੇ ਤੋਂ ਮੰਨਦੀਆਂ ਨਹੀਂ ਕਰਦੇ ਸੋ ਵਿਆਹ ਕਰਾ ਲੈਣਾ ਚਾਹੀਦਾ ਹੈ ਤੁਹਾਡੇ ਉੱਪਰ ਵੀ ਕੋਈ ਕੁੰਡਾ ਹੋਣਾ ਚਾਹੀਦਾ ਸਿਰ ਤੇ ਨੇ ਕੁੰਡਾ ਤੇ ਹਾਥੀ ਫਿਰ ਲੁੰਡਾ ਤੇ ਵਿਆਹਾਂ ਦੇ ਵਿੱਚ ਉਹ ਵੀ ਕਿਤੇ ਦਾਲ ਸਬਜ਼ੀ ਦਾ ਭਾਅ ਪਤਾ ਲੱਗੇ ਆ ਜੀ ਦਾ ਪਤਾ ਲੱਗੇ ਹਾਂ ਵੀ ਤੁਹਾਨੂੰ ਵੀ ਪਤਾ ਲੱਗੇ ਵੀ ਸੁਰਖੀ ਬਿੰਦੂ ਕੀ ਹੁੰਦੀ ਆ ਸਿਲੰਡਰ ਕੀ ਹੁੰਦਾ ਹਾਂ ਸੋ ਇਸਰਕੇ ਇਹ ਚੀਜ਼ਾਂ ਜਿਹੜੀਆਂ ਇਹ ਵੀ ਜ਼ਰੂਰੀ ਆ ਤੇ ਵਿਆਹ ਹੁਣ ਕਾਦੇ ਆ ਵਿਆਹ ਤਾਂ ਪੁਰਾਣੇ ਸਮਿਆਂ ਦੇ ਵਿੱਚ ਹੁੰਦੇ ਸੀ ਬਿਲਕੁਲ ਜੀ ਪੁਰਾਣੇ ਸਮਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਟੌਰ ਕੀਦੀ ਹੁੰਦੀ ਸੀ ਭਲਾ ਸਭ ਤੋਂ ਜ਼ਿਆਦਾ ਟੌਰ ਹੂੰ ਸਭ ਤੋਂ ਜ਼ਿਆਦਾ ਟੌਰ ਵਿਆਹਾਂ ਵਿੱਚ ਮੈਂ ਦੇਖੋ ਉਦੋਂ ਤੇ ਵੈਸੇ ਫੁੱਫੜ ਦੀ ਮੁੰਡੇ ਕੁੜੀ ਦੀ ਨਹੀਂ ਓਏ ਮੁੰਡੇ ਕੁੜੀ ਦੀ ਕਾਦੀਆਂ ਟੌਰ ਆਉਂਦੀਆਂ ਉਹਨਾਂ ਨੂੰ ਜਿਹਨਾਂ ਨੂੰ ਪਤਾ ਨਹੀਂ ਲੱਗਦਾ ਬੁੰਦਲੇ ਫਿਰਦੇ ਹੁੰਦੇ ਆ ਉਹਨਾਂ ਨੂੰ ਤਾਂ ਚਾ ਹੀ ਬਹੁਤ ਹੁੰਦਾ ਹੈ ਹਾਂਜੀ ਭਾਵੇਂ ਕੱਪੜੇ ਪੁਰਾਣੇ ਕਰਕੇ ਵੀ ਵਿਆਹ ਦੇਣ ਤਾਂ ਵੀ ਕੋਈ ਗੱਲ ਨਹੀਂ ਸਭ ਤੋਂ ਜ਼ਿਆਦਾ ਫੁੱਫੜ ਦੀ ਟੌਰ ਹੁੰਦੀ ਹੈ ਤੇ ਜਾਂ ਸਾਰਿਆਂ ਤੋਂ ਵੱਧ ਫੁੱਫੜ ਤੋਂ ਵੀ ਜੀਜਿਆਂ ਤੋਂ ਵੀ ਮਾਸੜਾਂ ਤੋਂ ਵੀ ਚਾਚਿਆਂ ਤੋਂ ਉਹਨਾਂ ਤੋਂ ਉੱਪਰ ਵੀ ਕੋਈ ਉਹਨਾਂ ਦੇ ਉੱਪਰ ਵੀ ਹੁੰਦਾ ਕਿ ਕੌਣ ਦੇਖੋ ਉਹ ਬੰਦਾ ਜਿਹਨੇ ਹਮ ਸਾਰੀ ਡਿਊਟੀ ਲਈ ਹੁੰਦੀ ਹੈ ਇਹ ਖਲਬਾਈ ਨੇ ਮਠਿਆਈਆਂ ਬਣਾ ਕੇ ਹਮ ਸੀਰਨੀ ਬਣਾ ਕੇ ਹਮ ਸ਼ੱਕਰਬਾਰੇ ਬਣਾ ਕੇ ਗੋਗਲੇ ਬਣਾ ਕੇ ਕਿਹੜੇ ਕਮਰੇ ਦੇ ਵਿੱਚ ਰੱਖਿਆ ਉਹਦੀ ਚਾਬੀ ਦਾ ਜਿਹੜਾ ਮਾਲਕ ਹੁੰਦਾ ਨਾ ਉਹਦੀ ਸਭ ਤੋਂ ਵੱਧ ਟੌਰ ਹੁੰਦੀ ਉਹ ਬੰਦਾ ਨਾ ਸਾਰੇ ਵਿੜੇ ਦੇ ਵਿੱਚ ਏਦਾਂ ਘੁੰਮਦਾ ਹੁੰਦਾ ਵੀ ਜਿੱਦਾਂ ਕਿਤੇ ਖੇਤ ਦੇ ਵਿੱਚ ਪਟਵਾਰੀ ਆਹਾਂ ਥਾਣੇ ਦੇ ਵਿੱਚ ਥਾਣੇਦਾਰ ਹੈ ਹਲਕੇ ਦੇ ਵਿੱਚ ਐਮਐਲ ਏਦਾਂ ਦੀ ਟੌਰ ਹੁੰਦੀ ਪਿੱਛੇ-ਪਿੱਛੇ ਛੋਟੇ-ਛੋਟੇ ਨਿਆਣੇ ਚਾਚਾ ਦੇ ਦੇ ਨੇ ਸਕੂਲੇ ਚਾਚਾ ਦੇ ਦੇ ਚੱਕਰਪਾਰੇ ਤੋ ਚਾਚਾ ਨੂੰ ਨਾਲੇ ਦਾ ਮਰ ਚੱਲੇ ਕੱਲ ਨੂੰ ਖਾ ਲਿਓ ਕੱਲ ਨੂੰ ਬਰਾਦ ਆਉਣੀ ਆ ਓਏ ਇਹ ਇਹ ਜਿਹੜੀ ਉਹਦੀ ਟੌਰ ਔਰ ਜਾਂਦਾ ਜਾਂਦਾ ਨਾ ਉਹਨੇ ਦੇਖਣਾ ਵੀ ਜਦੋਂ ਹੁਣ ਸਾਰੀਆਂ ਬੁੜੀਆਂ ਕੰਮ 'ਚ ਲੱਗ ਗਈਆਂ ਜਾਣਾ ਕਮਰੇ ਦੀ ਜਿੰਦਾ ਖੋਲਣਾ ਅੰਦਰ ਜਾ ਕੇ ਸਾਫ たら ਰਸਗੁੱਲਾ ਜਿਹੜਾ ਕਦੇ-ਕਦੇ ਤੁਮ ਹੀ ਖਾ ਲੈਨੀ ਆ ਸਦਾ ਮੂੰਹ ਸਦਾ ਮੂੰਹ ਹੂੰ ਕਰਕੇ ਤੇ ਚੱਲ ਮੇਰਾ ਭਾਈ ਸਵਾਲ ਦੇਖਣਾ ਮਿੱਠਾ ਵੀ ਦੱਸਣਾ ਹਲਵਾਈ ਨੂੰ ਆਹੋ ਨਾਲ ਲੱਡੂ ਚੱਕਰਪਾਰੇ ਲਕਸ ਵੀ ਕੱਢਨੇ ਆ ਹਾਂ ਤੇ ਦੇਖੋ ਜੇਕਰ ਜਿਸ ਬੰਦੇ ਨੂੰ ਤੁਸੀਂ ਇਹ ਜ਼ਿੰਮੇਵਾਰੀ ਦਿੱਤੀ ਆ ਜੀ ਉਹਦੇ ਜ਼ਿੰਮੇਵਾਰੀ ਦੇ ਚੱਲਦੇ ਆ ਉਹਦੀ ਛਤਰ ਛਾਇਆ ਦੇ ਹੇਠਾਂ ਹੂੰ ਜੇਕਰ ਤੁਹਾਡੀਆਂ ਜਿਹੜੀਆਂ ਟੰਡੇ ਦੀਆਂ ਜਨ ਪਿੰਡਾਂ ਦੇ ਵਿੱਚ ਬੱਤਾ ਵੀ ਕਹਿੰਦੇ ਆ ਤੇ ਉਸ ਬੱਤੇ ਦੇ ਮੋਦਰਾ ਦੇ ਵਿੱਚੋਂ ਇੱਕ ਅੱਧੀ ਕੋਈ ਘਟ ਗਈ ਹੂੰ ਤੇ ਯਾਰ ਕੋਈ ਏਦਾਂ ਦੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਉਹ ਨੰਬਰਦਾਰ ਦਾ ਹੀ ਜ਼ੋਰ ਹੁੰਦਾ ਬਿਲਕੁਲ ਜੀ ਸਕੀਮਾਂ ਦੇ ਵਿੱਚੋਂ ਇਹ ਨਹੀਂ ਖਾਣਗੇ ਤੇ ਖਾਏਗਾ ਕੋ ਹਾਂ ਨਾਲੇ ਦੇਖੋ ਜੇ ਨੂੰ ਤੁਸੀਂ ਚੌਧਰ ਤੇ ਪੜ੍ਹਾ ਦਿਓ ਹੂੰ ਜੇਕਰ ਉਹੀ ਬੰਦਾ ਸਵਾਦ ਨਾ ਦੇਖੇ ਫਿਰ ਫਾਇਦਾ ਕੀ ਤੇ ਸਾਰੀ ਦੁਨੀਆ ਹੀ ਸਵਾਦ ਦੇਖਣ ਨੂੰ ਆਈ ਆ ਜੀ ਤੇ ਸਭ ਤੋਂ ਜ਼ਿਆਦਾ ਐਵੇਂ ਖਾਮ ਖਾ ਦਾ ਕੜਾ ਮ ਚੌਧਰੀ ਕੌਣ ਹੁੰਦਾ ਖਾਮ ਖਾ ਦਾ ਕੜਾ ਮ ਚੌਧਰੀ ਹੂੰ ਬਹੁਤ سارے ਲੋਕ ਐਸੇ ਹੁੰਦੇ ਨੇ ਵੀ ਜਿਹੜੇ ਉਹ ਹਲਵਾਈ ਨੇ ਕੋਲ ਆ ਕੇ ਬਹਿਂਦੇ ਨੇ ਅੱਛਾ ਹਾਂ ਹਲਵਾਈ ਜਦੋਂ ਜਲੇਬੀ ਘੜਦਾ ਹੂੰ ਭਾਈ ਥੜੀ ਜਿਹੀ ਛੋਟੀ ਰੱਖਿਓ ਜਲੇਬੀ ਉਹ ਪੁੱਛਦਾ ਕਿ ਸਲਾਹਕਾਰ ਆ ਵੀ ਉਹ ਕਹਿੰਦਾ ਨਹੀਂ ਤੁਸੀਂ ਕੌਣ ਆ ਹਨਾ ਤੇ ਉਹ ਬੰਦਾ ਕਹਿੰਦਾ ਵੀ ਇਹ ਤਾਂ ਸਾਡਾ ਗਵਾਂਢੀ ਹੈ ਕਹਿੰਦੀ ਇਹ ਕੋਈ ਚਾਚਾਤਾ ਲੱਗਦਾ ਕੋਈ ਕਹਿੰਦਾ ਨਹੀਂ ਇਹ ਚਾਚਾਤਾ ਨਹੀਂ ਹੈ ਨਹੀਂ ਉਹ ਤਾਂ ਕਾਰਡ ਵੀ ਨਹੀਂ ਦਿੱਤਾ ਸੀ ਜਾੜ ਕੇ ਜਲੇਬੀਆਂ ਦਾ ਸਾਈਜ਼ ਦੱਸਦਾ ਹੈ ਹਾਂ ਮਿੱਠਾ ਘਾੜਾ ਕੋ ਸ਼ੂਗਰ ਬਹੁਤ ਹੈ ਜੀ ਸਭ ਤੋਂ ਵੱਡੀ ਗੱਲ ਹੈ ਕਿ ਜੇ ਤੈਨੂੰ ਸ਼ੂਗਰ ਆ ਸਾਰੇ ਪਿੰਡ ਨੂੰ ਥੋੜਾ ਵੀ ਸਾਰੇ ਪਿੰਡਾਂ ਨੂੰ ਉਹਨੂੰ ਖਲਾਉਣੀਆਂ ਜਲੇਬੀਆਂ ਵੱਡੀਆਂ ਵੱਡੀਆਂ ਔਰ ਸਭ ਤੋਂ ਵੱਡੀ ਗੱਲ ਫਿਰ ਸਲਾਹ ਦੇਣ ਨੂੰ ਕਈ ਬੰਦੇ ਨਾ ਉਹਨਾਂ ਨੇ ਨਾ ਤਾਂ ਦਾਲ ਵਾਲੀ ਬਾਲਟੀ ਚੱਕਣੀ ਨਾ ਸਬਜ਼ੀ ਵਾਲੀ ਚੱਕਣੀ ਨਾ ਖੱਟੇ ਵਾਲੀ ਨਾ ਪਾਣੀ ਦਾ ਜੱਗ ਨਾ ਫੁਲਕੇ ਦਾ ਥਾਲ ਨਾ ਕੋਈ ਜਲੇਬੀਆਂ ਦਾ ਥਾਲ ਉਹਨੇ ਬਸ ਉਹਦੀ ਨਾ ਹੱਥੇ ਪਿੱਛੇ ਨ ਰੱਖ ਕੇ ਪਲਵਾਨੀ ਗਿੜਾ ਜਾਂ ਦੇਣਾ ਪਾਲਾ ਦੇ ਵਿੱਚ ਹਾਂ ਉਹਦੇ ਜਦੋਂ ਪਲਵਾਨੀ ਗਿੜਾ ਜਾਂ ਦੇਣਾ ਨਿਆਣੇ ਨੂੰ ਘੱਟ ਪਾਇਓ ਓਏ ਆ ਜੂੜਬੋ ਜੜਦੇ ਆ ਜਲੇਬੀ ਇੱਕ ਇੱਕ ਨਿਆਣੇ ਨੂੰ ਬਸ ਇੱਕ 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 ਹੂੰ ਕੋਈ ਉਹਦਾ ਜਦੋਂ ਆਪਦਾ ਕੋਈ ਘਰ ਦਾ ਬੈਠਾਣਾ ਹੋਰ ਲੈਲਾ ਜਲੇਬੀਆਂ ਰੱਖੇ ਜਾ ਰਹੇ ਨੇ ਦੋ ਦੋ ਚਾਰ ਚਾਰ ਚ ਆਪ ਦੇ ਦੇਣੇ ਨੂੰ ਭਵੇਂ ਸ਼ੂਗਰ ਹੋ ਜਵੇ ਦੂਸਰਿਆਂ ਨੂੰ ਨਹੀਂ ਖਾਣ ਦੇਣਾ ਇਦਾਂ ਦੇ ਜਿਹੜੇ ਨਾ ਇਨਸਪੈਕਟਰ ਰੱਖੇ ਜਾਂਦੇ ਆ ਉਹ ਵੀ ਵਿਆਹਾਂ ਦੀ ਰੌਣਕ ਹੀ ਹੁੰਦੇ ਆ ਜੀ ਜੋ ਕਿ ਜੀ ਜੇ ਚਿੱਠੀਆਂ ਦੀ ਗੱਲ ਕਰੀਏ ਤੇ 2021 ਦੇ ਵਿੱਚ ਇਹਨਾਂ ਚਿੱਠੀਆਂ ਦਾ 140 ਸਾਲ ਲੰਬਾ ਸਫ਼ਰ ਹੈ। ਬਿਲਕੁਲ ਜੀ। ਉਹ ਸਫ਼ਰ ਜਿਹੜਾ ਕਿ ਮੁਹੱਬਤਾਂ ਦੇ ਇੱਕ سلسلے ਤੋਂ ਸ਼ੁਰੂ ਹੋਇਆ ਜ਼ਰੂਰੀ ਚਿੱਠੀਆਂ ਵੀ ਭੇਜੀਆਂ ਗਈਆਂ ਫਿਰ ਹੌਲੀ 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 ਪਿਆਰ ਦੀਆਂ ਤੰਦਾਂ ਵੀ ਜੁੜੀਆਂ। ਬਿਲਕੁਲ ਜੀ ਕਈ ਵਾਰ ਤਾਂ ਇਦਾਂ ਹੁੰਦਾ ਸੀ ਨਾ ਕਿ ਚਿੱਠੀ ਕਿਤੇ ਆ ਜਾਣੀ ਪਿੰਡ ਦੇ ਵਿੱਚ। ਜਿਗਰ ਲਫਾਫੇ ਦੂਸਰੇ ਦੇ ਵਿੱਚ ਨੇ ਆਮ ਤੌਰ ਤੇ ਬੁੜੀਆਂ ਪਹਿਲਾਂ ਤਾਰੀਖ ਕਹਿੰਦੀਆਂ ਹੁੰਦੀਆਂ ਸੀਗੇ। ਜੀ ਔਰ ਤਾਰ ਜਦੋਂ ਆਉਣੀ ਹੈ ਉਹ ਇਹ ਹੁੰਦਾ ਸੀਗਾ ਕਿ ਇਹ ਕੋਈ ਮਾੜੀ ਖ਼ਬਰ ਹੀ ਲੈ ਕੇ ਆਉਗੀ ਜੀ ਤੇ ਤਾਰ ਜਦੋਂ ਆਉਣੀ ਉਹਨੂੰ ਤਾਰ ਹਮ ਸਾਰੀਆਂ ਬੁੜੀਆਂ ਵਿਚਾਰੀਆਂ ਡਰ ਜਾਣੀਆਂ ਖੌਫ ਦੇ ਵਿੱਚ ਆ ਜਾਣੀਆਂ ਵੀ ਕੀ ਹੋਇਆ ਕਈ ਵਾਰ ਤਾਂ ਕਿਸੇ ਦੇ ਨੌਕਰੀ ਦੀ ਵੀ ਕੋਈ ਚਿੱਠੀ ਪੱਤਰੀ ਆ ਜਾਣੀ ਉਹਨੂੰ ਵੀ ਤਾਰ ਸਮਝ ਕੇ ਕਹਣਾ ਕਿ ਪਤਾ ਨਹੀਂ ਕੀ ਹੋ ਗਿਆ ਬੰਬ ਡੈਗ ਪਿਆ ਫਿਰ ਹੌਲੀ-ਹੌਲੀ ਇਹ ਚਿੱਠੀਆਂ ਇਹਨਾਂ ਦੇ ਰੰਗ ਬਦਲੇ ਲਿਫਾਫੇ ਆਏ ਲਿਫਾਫਿਆਂ ਤੋਂ ਬਾਅਦ ਹੋਰ ਬਹੁਤ ਸਾਰੀਆਂ ਚੀਜ਼ਾਂ ਆਈਆਂ ਤੇ ਫਿਰ ਜਾ ਕੇ ਚਿੱਠੀਆਂ ਇਹ ਕਿਹਾ ਗਿਆ ਕਿ ਨਹੀਂ ਏ ਦੁੱਖਾਂ ਦੇ ਨਹੀਂ ਸੁੱਖਾਂ ਦੇ ਸੁਨੇਹੇ ਵੀ ਲੈ ਕੇ ਆਉਂਦੀ ਬਿਲਕੁਲ ਜੀ ਪਿਆਰ ਦੇ ਸੁਨੇਹੇ ਵੀ ਲੈ ਕੇ ਆਉਂਦੀਆਂ ਨੇ ਸੋ ਸਾਡੇ ਕੋਲ ਜਿਹੜਾ ਸੁਨੇਹਾ ਪਹੁੰਚਿਆ ਹੈ ਉਹ ਸਾਨੂੰ ਨਾਮ ਨਹੀਂ ਅਸੀਂ ਲਵਾਂਗੇ ਉਹਨਾਂ ਦਾ ਕਹਿੰਦੇ ਨੇ ਕਿ ਮੇਰੇ ਨਾਲ ਇੱਕ ਮੁੰਡਾ ਵਿਆਹ ਕਰਾਉਣਾ ਚਾਹੁੰਦਾ ਹੈ ਪਰ ਮੇਰੇ ਘਰ ਵਾਲੇ ਸਰਕਾਰੀ ਨੌਕਰੀ ਤੋਂ ਬਿਨਾ ਬੰਦੇ ਨਹੀਂ ਲਓ ਜੀ ਮੁੰਡਾ ਇੱਕ ਵਿਆਹ ਕਰਾਉਣਾ ਚਾਹੁੰਦਾ ਹੈ ਪਰ ਘਰ ਵਾਲੇ ਸਰਕਾਰੀ ਨੌਕਰੀ ਤੋਂ ਬਿਨਾ ਮੰਨਦੇ ਨਹੀਂ ਆਪਣੇ ਘਰ ਵਾਲਿਆਂ ਨੂੰ ਸਮਝਾਓ ਜੇਕਰ ਉਹਦੀ ਸਰਕਾਰੀ ਨੌਕਰੀ ਲੱਗ ਗਈ ਫਿਰ ਉਹਦੇ ਘਰ ਵਾਲੇ ਨਹੀਂ ਮੰਨਣਾ ਬਿਲਕੁਲ ਜੀ ਇਹ ਵੀ ਹੋ ਸਕਦਾ ਹੈ ਕਿਉਂਕਿ ਹਾਲਾਤ ਹਾਲਾਤ ਬਦਲ ਜਾਂਦੇ ਨਾ ਹਾਲਾਤ ਬਦਲ ਜਾਂਦੇ ਸੋਚ ਬਦਲ ਜਾਂਦੀ ਹੈ ਬਿਲਕੁਲ ਜੀ ਪਰ ਸਾਡਾ ਦੇਸ਼ ਨਹੀਂ ਬਦਲਦਾ ਜੋਗੀ ਜੀ ਉੱਥੇ ਤੇ ਉੱਥੇ ਖੜਾ ਹੈ ਹੈਨਾ ਦੇਖ ਲਓ ਤੁਹਾਨੂੰ ਕਿੰਨੀ ਉਮਰ ਹੋ ਗਈ ਮੈਂ ਉੱਥੇ ਦਾ ਉੱਥੇ ਖੜਾ ਹਾਂ ਤੁਸੀਂ ਕੁਝ ਬਦਲਾ ਦੇਖਿਆ ਤਾਂ ਦੱਸ ਦਿਓ ਮਤਲਬ ਮੇਰੀ ਉਮਰ ਦੇ ਵਿੱਚ ਦੇਸ਼ ਨਹੀਂ ਬਦਲਿਆ ਨਹੀਂ ਨਹੀਂ ਜੀ ਕਿੰਨੀ ਉਮਰ ਹੋ ਗਈ ਮੇਰੀ 60 70 ਬਸ ਇੰਨੀ ਕਿਉਂ ਨਹੀਂ ਤੁਹਾਨੂੰ ਐਦਾਂ ਨਾ ਕਹੋ ਤੁਹਾਡੀ ਬੁਢਾਪਾ ਪੈਨਸ਼ਨ ਆ ਲਗੇ ਤੇ ਮਨਜ਼ੂਰ ਹੋ ਜਵੇ ਰਜਵੰਤ ਨੇ ਚਿੱਠੀ ਲਿਖੀ ਹੈ ਜੀ ਵਾਕਈ ਦੇਸ਼ ਦੇ ਲਈ ਫਿਕਰਮੰਦ ਨੇ ਕਹਿੰਦੇ ਨੇ ਕਿ ਸਾਡੇ ਭਾਰਤ ਦੇਸ਼ ਦੇ ਵਿੱਚੋਂ ਭੁੱਖਮਰੀ ਖਤਮ ਨਹੀਂ ਹੋ ਰਹੀ ਕਿਉਂ ਹਾਂ ਰਜਵੰਤ ਇਹ ਭੁੱਖਮਰੀ ਖਤਮ ਹੋਣੀ ਨਹੀਂ ਹੈ ਕਿਉਂ ਨਹੀਂ 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 ਜੀ ਕਰਨੇ ਹੈ ਕਿ ਨਿੱਕ ਨਿੱਕੀ ਗੱਲ ਤੇ ਹੂੰ ਬਾਬੂ ਜੀ ਨਾਲ ਲੜ ਕੇ ਜਾਂ ਲੜ ਕੇ ਉਹ ਯਾਰ ਖਾਣਾ ਹੀ ਨਹੀਂ ਖਾਂਦੇ ਆਗੇ ਤੇ ਫਿਰ ਕਿੱਥੋਂ ਭੁੱਖ ਮਰੀ ਕਰਮ ਹੋ ਜੂਗੀ ਕਿੰਨੇ ਪਰਸੈਂਟ ਲੋਕ ਹੋਣਗੇ ਰਾਤ ਨੂੰ ਜਿਹੜੇ ਲੜ ਕੇ ਆ ਉਹ ਖਾਣਾ ਨਹੀਂ ਖਾਂਦੇ ਤੇ ਭੁੱਖ ਮੈਂ ਨਹੀਂ ਖਾਣੀ ਲੈ ਜਾ ਹਾਂ ਸਭ ਤੋਂ ਵੱਡੀ ਭੁੱਖ ਮਰੀ ਤੇ ਇਹਨਾਂ ਨੇ ਵਧਾਈ ਹੋਈ ਆ ਅੱਛਾ ਹਾਂ ਹਰ ਗੱਲ ਦਾ ਪੁੱਠਾ ਜਵਾਬ ਇੱਥੇ ਹੀ ਦਿੱਤਾ ਜਾਂਦਾ ਜੀ ਕਿਉਂਕਿ ਇਹ ਹੈ ਤੁਹਾਡੀਆਂ ਚਿੱਠੀਆਂ ਦੀ ਕੀ ਕਿਹਾਉਂਦੇ ਆ ਖਬਰ ਸਾਰ ਲੈਣੇ ਚਿੱਠੀ ਦਾ ਤੁਹਾਡੀਆਂ ਦਾ ਅਸੀਂ ਕਰਦੇ ਆ ਕਹਦਾ ਮੰਨੇ ਰਹਾਂ ਤੇ ਜੀ ਅੱਛਾ ਜੀ ਅਗਲੀ ਚਿੱਠੀ ਸਾਨੂੰ ਭੇਜੀ ਹੈ ਜੀ ਸੋਨੀਆ ਨੇ ਕਹਿੰਦੇ ਨੇ ਕਿ ਪੰਜਾਬੀ ਨਿਆਣੇ ਜਦੋਂ ਕੁੱਟ ਖਾਂਦੇ ਨੇ ਤੇ ਪੇਰੈਂਟਸ ਉਹਨਾਂ ਨੂੰ ਕੁੱਟਦੇ ਨੇ ਦੋਨੋਂ ਕਨਫਿਊਜ਼ ਕਿਉਂ ਹੁੰਦੇ ਆ ਹਾਂ ਦੋਨੋਂ ਕਨਫਿਊਜ਼ ਹੁੰਦਾ ਜੀ ਸੱਚੀ ਗੱਲ ਹੈ ਇਹ ਜਦੋਂ ਆਪਣੇ ਨਿਆਣੇ ਨੂੰ ਕੁੱਟਦੇ ਆ ਨਾ ਤੇ ਦੋਨੋਂ ਹੀ ਕਨਫਿਊਜ਼ ਹੁੰਦੇ ਆ ਜੇ ਮੰਨ ਲਓ ਪਿਓ ਕੁੱਟਣ ਲੱਗਦਾ ਹੂੰ ਠੀਕ ਹੈ ਨਾ ਪਿਓ ਕੁੱਟਣ ਲੱਗਦਾ ਮਾਂ ਥੱਲੇ ਉਹ ਕੁੰਡੇ ਦੇ ਵਿੱਚ ਮਿਰਚਾਂ ਨਹੀਂ ਰਗਣਦੀ ਹੁੰਦੀ ਆ ਉਹ ਬੋਲ ਪੈਂਦੀ ਵੇ ਨਾ ਮਾਰ ਮੁੰਡਾ ਹੁਣ ਵੱਡਾ ਹੋ ਗਿਆ ਹਾਂ ਨਾ ਮਾਰ ਇਹਨੂੰ ਕੁਝ ਕਰ ਲੂਗਾ ਕਿਤੇ ਬਾਹਰ ਦੌੜ ਜਾਊਗਾ ਹਾਂ ਤੇ ਜਦੋਂ ਆਪਦੀ ਮਾਂ ਕੁੱਟਦੀ ਐ ਉਸੇ ਹੀ ਘੋਟ ਨੇ ਜਿੰਨਾ ਮਿਰਚਾ ਰਗਣਦੀ ਹੁੰਦੀ ਐ ਫੇਰ ਉਹਨੂੰ ਕੁੱਟ-ਕੁੱਟ ਕੇ ਕਹਿੰਨ ਤੂੰ ਵੱਡਾ ਕਦੋਂ ਹੋਣਾ ਕਨਫਿਊਜ਼ ਆ ਯਾਰ ਉਹ ਨਿਆਣਾ ਵੀ ਕਨਫਿਊਜ਼ ਹੈ ਯਾਰ ਮੈਂ ਵਟ ਡੈਂਗ ਛੋੜਾਇਆ ਸਮਝ ਨਹੀਂ ਆਉਂਦੀ ਕਰੀਏ ਤੇ ਕਰੀਏਗੀ ਕੁੱਟ ਦੋਨੋਂ ਲੈਂਦੇ ਆ ਰਾਜੀ ਦੋਨੋਂ ਹੋ ਜਾਂਦੇ ਆ ਦੇਖੋ ਜਦ ਤੱਕ ਇੰਡੀਅਨ ਲੋਕ ਜਿਹੜੇ ਆ ਪਾੜੇ ਨਿਆਣੇ ਨੂੰ ਕੁੱਟ-ਕੁੱਟ ਨਾ ਲੈਣ ਵੈਸੇ ਤਾਂ ਅਸੀਂ ਹਿੰਸਾ ਦੇ ਖਿਲਾਫ ਆ ਪਰ ਜੇਕਰ ਇਹ ਘਰੇਲੂ ਹਿੰਸਾ ਜਿਹੜੀ ਹੈ ਇਹ ਨਾ ਹੋਵੇ ਉਹਨਾਂ ਨੂੰ ਸਵਾਦ ਹੀ ਨਹੀਂ ਆਉਂਦਾ ਕਿ ਨਿਆਣਾ ਸਾਡਾ ਕਿ ਗਵੰਡੇ ਨੇ ਖਿਡਣ ਆਇਆ ਬਿਲਕੁਲ ਜੀ ਅੱਛਾ ਇੱਕ ਹੋਰ ਸਵਾਲ ਸਾਨੂੰ ਕੀਤਾ ਜੀ ਬੀਨੂ ਨੇ ਇਹ ਕਹਿੰਦੇ ਨੇ ਸਭ ਤੋਂ ਜ਼ਿਆਦਾ ਨਾਟਕ ਕੌਣ ਕਰਦਾ ਹੈ ਸਭ ਤੋਂ ਜ਼ਿਆਦਾ ਨਾਟਕ ਕੌਣ ਕਰਦਾ ਹੈ ਮੈਂ ਮੈਂ ਤੈਨੂੰ ਕੁਝ ਨਹੀਂ ਗਿਆ ਸਾਖਸ਼ਾਦ ਬੰਦਾ ਮੇਰੇ ਸਾਹਮਣੇ ਕਾਲੇ ਕੱਪੜੇ ਹਮਾਰਾ ਦੇਖੋ ਗੌਰ ਨਾਲ ਦੇਖੋ ਇਸ ਆਦਮੀ ਕੋਲ ਦੇਖੋ ਮੈਂ ਤੈਨੂੰ ਕੁਝ ਨਹੀਂ ਗਿਆ ਸਭ ਤੋਂ ਜ਼ਿਆਦਾ ਨਾਟਕ ਕੌਣ ਕਰਦਾ ਸੁਣ ਲਓ ਜੀ ਗੱਲ ਸੱਚੀ ਹੈ ਹਮ ਇੱਕ ਦਿਨ ਅਖਬਾਰ ਸੁੱਟ ਕੇ ਕਰਦਾ ਬਾਹਰੇ ਹੌਕਰ ਅੱਛਾ ਸਾਡੇ ਘਰ ਦੇ ਕਹਿੰਦੇ ਜਾ ਅਖਬਾਰ ਚੱਕ ਲਿਆ ਹਮ ਬਾਹਰੋਂ ਕੁੱਤਾ ਚੱਕ ਕੇ ਲੈ ਜਾਂਦਾ ਅੱਛਾ ਹਾਂ ਉਹ ਮੈਂ ਸੋਚਿਆ ਵੀ ਯਾਰ ਇਹ ਗੱਲ ਸੱਚੀ ਹੈ ਵੀ ਕੁੱਤੇ ਨੇ ਚੱਕ ਕੇ ਲੈ ਜਵੇ ਲਓ ਜੀ ਮੈਂ ਅਖਬਾਰ ਲੈਣ ਬਾਹਰ ਨਿਕਲੇ ਆ ਹੂੰ ਕੁੱਤਾ ਅਖਬਾਰ ਚਾਕੇ ਟਾਟ ਫਾਸਟ ਹੋ ਫਾਸਟ ਚਾਕੇ ਅਖਬਾਰ ਲੈ ਗਿਆ ਹੂੰ ਤੇ ਲੈ ਕੇ ਜਦੋਂ ਦੌੜ ਗਿਆ ਤੇ ਅਖਬਾਰ ਖੁਰ ਖਾ ਕੇ ਆ ਗਿਆ ਵਾਪਸ ਹੂੰ ਤੇ ਅਖਬਾਰ ਖਾ ਕੇ ਵਾਪਸ ਆ ਗਿਆ ਸ਼ਾਮ ਨੂੰ ਦੇਖਿਆ ਉਹ ਹੀ ਕੁੱਤਾ ਕਿਸੇ ਚੈਨਲ ਤੇ ਬੈਠਾ ਨਾਟਕ ਕਰ ਰਿਹਾ ਸੀ ਮੈਂ ਭੌਂਕ ਰਿਹਾ ਸੀ ਭੌਂਕ ਰਿਹਾ ਸੀ ਕਾਰਨ ਇਹ ਹੈ ਕਿ ਮਾਫੀ ਚਾਹੁੰਦੇ ਹਾਂ ਕਿ ਸਾਡੀ ਪੱਤਰਕਾਰਤਾ ਦਾ ਮਿਆਰ ਜਿਹੜਾ ਇੰਨਾ ਡਿੱਗ ਗਿਆ ਕਿ ਅਸੀਂ ਜਿੱਥੇ ਲੋਕਾਂ ਦੇ ਖਾਣਿਆਂ ਦੇ ਵਿੱਚ ਗੱਲ ਪਾਉਣੀ ਹੁੰਦੀ ਹੈ ਉੱਥੇ ਸੀ ਲੋਕਾਂ ਦੀ ਸੋਚ ਦੇ ਵਿੱਚ ਖਲਲ ਪਾ ਦਿੰਨੇ ਆ ਉਹਨਾਂ ਦੇ ਦਿਮਾਗ ਇਹਨੇ ਪਰੇਸ਼ਾਨ ਕਰ ਦਿੰਨੇ ਆ ਕਿ ਸੱਚਮੁੱਚ ਇਹ ਕਰੋਨਾ ਦੇ ਹਾਲਾਤ ਤਾਂ ਐਸੇ ਸੀਗੇ ਕਿ ਜਦੋਂ ਲੋਕੀ 15 ਦਿਨ ਲਗਾਤਾਰ ਦੇਖ ਲੈਂਦੇ ਸੀ ਨਾ ਚੰਗੇ ਭਲੇ ਬੰਦੇ ਨੂੰ ਕਰੋਨਾ ਹੋ ਜਾਂਦਾ ਸੀ ਬਿਲਕੁਲ ਜਦੋਂ ਕਿਤੇ ਲੜਾਈ ਦਾ ਕੋਈ ਹੋਵੇ ਬਾਰਡਰ ਤੇ ਸਰਹੱਦਾਂ ਤੇ ਇਹ ਇਦਾਂ ਕਰਦੇ ਨੇ ਕਿ ਇਹਨਾਂ ਦੇ ਹੱਥ ਦੇ ਵਿੱਚ ਬੰਬ ਹੋਵੇ ਆਪ ਜਾ ਕੇ ਚੀਨ ਦੇ ਵਿੱਚ ਸੁੱਟੇ ਹੋਣ ਹੂੰ ਸੋ ਇਸ ਕਰਕੇ ਚੈਨਲਾਂ ਵਾਲਿਆਂ ਦੀ ਇੱਕ ਜ਼ਿੰਮੇਵਾਰੀ ਹੈ ਜੀ ਤੁਸੀਂ ਆਪਣੀ ਟੀਆਰਪੀ ਦੇ ਵਾਸਤੇ ਲੋਕਾਂ ਦਾ ਬੀਬੀ ਦਾ ਨਾਮ ਵਧਾਓ ਇਹ ਸੋਚਣਾ ਪਵੇਗਾ ਬਿਲਕੁਲ ਜੀ ਆਪਣੀ ਟੀਆਰਪੀ ਵਧਾਓ ਪਰ ਲੋਕਾਂ ਦਾ ਬੀਪੀ ਨਾ ਵਧਾਓ ਤੇ ਦੇਖਦੇ ਜਾਓ ਪੰਜਾਬੀ ਨੈਸ਼ਨਲ ਟੀਵੀ ਫਿਲਹਾਲ ਇਸ ਪ੍ਰੋਗਰਾਮ ਨੂੰ ਖਤਮ ਕਰਨ ਦੀ ਮੈਨੂੰ ਰਮਨੀਕ ਨੂੰ ਤੇ ਮੈਨੂੰ ਚਾਰਨਜੀ ਜੋਗਿਰਦੇ ਹੋ ਇਜਾਜ਼ਤ ਦੇਖਦੇ ਰਹਿਣਾ ਜੀ ਪੰਜਾਬੀ ਨੈਸ਼ਨਲ ਟੀਵੀ ਉਮੀਦ ਤੁਹਾਡੀ ਕੋਸ਼ਿਸ਼ ਸਾਡੀ